ਜੱਬ ਖਾਨਾ ਦਾ ਲੈ ਆ ਕਿਵੇਂ ਆਈ ਜਾਂਦੀ ਆ। ਨਹੀਂ ਭੈਣੇ, ਮੈਂ ਤਾਂ ਤੈਨੂੰ ਹੀ ਭਾਲਦੀ ਆਉਂਦੀ ਸੀਗੀ, ਪਹਿਲਾਂ ਤੁਹਾਡੇ ਘਰੇ ਗਈ ਸੀ, ਉਹ ਚਾਚਾ ਕਹਿੰਦਾ ਕਹਿੰਦਾ ਗੋਹਾ ਸੁੱਟਣ ਗਈ ਹੋਈ ਆ। ਨਾ ਕੀ ਗੱਲ ਹੋ ਗਈ, ਮੈਨੂੰ ਕਿਵੇਂ ਭਾਲਦੀ ਸੀ ਸੁੱਖ ਸੰਦ ਹੈ। ਜੇ ਸੁੱਖ ਆਉਂਦੀ ਫਿਰ ਤੈਨੂੰ ਥੋੜ੍ਹੀ ਭਾਲਦੀ ਫਿਰਦੀ, ਸੌਖੀ ਤਾਂ ਹੈ ਨਹੀਂ, ਮੈਂ ਤਾਂ ਤੈਨੂੰ ਲਾਂਭਾ ਦੇਣ ਆਈ ਹਾਂ। ਨਾ ਮੈਨੂੰ ਕਾਹਦਾ ਲਾਂਭਾ ਦੇਣ ਆਈ ਹਾਂ ਭੈਣੇ। ਨਹੀਂ ਭੈਣੇ, ਤੂੰ ਤਾਂ ਐਂ ਗੱਲਾਂ ਕਰਦੇ ਜਿਵੇਂ ਤੈਨੂੰ ਕਾਸੇ ਦਾ ਪਤਾ ਨਹੀਂ ਹੁੰਦਾ, ਤੇਰੇ ਘਰ ਵਾਲੇ ਦਾ ਲਾਂਭਾ ਦੇਣ ਆਈ ਹਾਂ। ਲੈ ਮੈਨੂੰ ਲਾਂਭਾ ਦਿੰਦੀ ਆ ਤੂੰ, ਹੈ ਕਿਹੜੇ ਮੂੰਹ ਨਾਲ ਦਿੰਦੀ ਆ, ਮੈਨੂੰ ਦੇਣਾ ਚਾਹੀਦਾ ਸਗੋਂ ਤੈਨੂੰ ਲਾਂਭਾ, ਮੈਂ ਤਾਂ ਹਜੇ ਫੇਰ ਵੀ ਨਹੀਂ ਗਈ ਤੁਹਾਡੇ ਘਰੇ। ਅੱਛਾ, ਆ ਕੇ ਚੋਰ ਦੀ ਮਾਂ ਕੋਠੀ 'ਚ ਮੂੰਹ ਕਿ, ਤੂੰ ਕਾਹਤੋਂ ਨਹੀਂ ਗਈ ਸਾਡੇ ਘਰੇ ਆਉਂਦੀ ਫਿਰ। ਭੈਣੇ ਮੈਂ ਤਾਂ ਨਹੀਂ ਗਈ, ਵੀ ਉਹਦਾ ਤਾਂ ਨਿੱਤ ਦਾ ਹੀ ਕੰਜਰਖਾਨਾ ਇਹ, ਕਦੇ ਕਿਸੇ ਦੇ ਘਰੇ ਵਗ ਜਾਂਦਾ, ਕਦੇ ਕਿਸੇ ਦੇ ਵਗ ਜਾਂਦਾ, ਦੋ ਉਹ ਢੋਲ ਦਾਰੂ ਦਾ ਕੱਢਣ ਹੈ, ਤੇ ਤੂੰ ਕਿਹਦੇ ਕਿਹਦੇ ਲਾਂਭੇ ਸੁਣੇਗੀ। ਮੈਂ ਤਾਂ ਐਂ ਸੋਚ ਲਿਆ ਵੀ ਚੱਲ ਕੋਈ ਨਾ, ਮੇਰੀ ਭੈਣ ਹੈ, ਕਾਣੂਆਂ ਨੂੰ ਕਹਿਣਾ ਆਪੇ ਸਮਝਾ ਲੂਗੀ ਆਪਦੇ ਬੰਦੇ ਨੂੰ। ਆਹੋ, ਉਹੀ ਜਾਂਦਾ ਢੋਲ ਕੱਢਣ, ਜੇ ਤੇਰਾ ਖਸਮ ਬੁਲਾਉਂਦਾ ਨਾ ਤਾਂ ਉਹ ਆਉਂਦਾ, ਹੋਰ ਨਾ ਕਿਸੇ ਦੇ ਵਗ ਗਿਆ ਉਹ। ਨਾ ਮੇਰੀ ਗੱਲ ਸੁਣ, ਪਹਿਲਾਂ ਕਿੰਨੇ ਕੁ ਵਾਰੀ ਬੁਲਾ ਲਿਆ, ਅੱਗੇ ਵੀ ਤਾਂ ਪਿੰਡ 'ਚ ਹੀ ਰਹਿੰਦਾ ਉਹ, ਜੇ ਉਹਨੇ ਮੁਲਾਜ਼ਾ ਪਾਇਆ ਤੇਰੇ ਵਾਲੇ ਨੇ ਤਾਂ ਉਹਨੇ ਬੁਲਾਇਆ ਉਹਨੂੰ। ਨਹੀਂ ਤਾੜੀ ਇੱਕ ਹੱਥ ਨਾਲ ਨਹੀਂ ਵੱਜਦੀ, ਤੇਰਾ ਵੀ ਨਾਲ ਹੀ ਆ ਕੰਜਰ। ਮੇਰੀ ਗੱਲ ਸੁਣ ਲਾ ਭੈਣੇ, ਆਪਦੇ ਵਾਲੇ ਨੂੰ ਸਾਂਭ ਲਾ, ਮੇਰੇ ਵਾਲਾ ਤਾਂ ਸਮਿਆ ਵਾ। ਮੈਨੂੰ ਪਤਾ ਹੀ ਆ ਕਿੰਨਾ ਕੁ ਸਮਿਆ, ਆ ਮੇਰੇ ਵਾਲੇ ਨੂੰ ਲਾ ਕੇ ਉਂਗਲ, ਕੱਲ੍ਹ ਕਹਿੰਦਾ 10,000 ਰੁਪਇਆ ਲੈ ਕੇ ਆ, ਨਾ ਕਿਹੜਾ ਉਹਨੇ ਠੇਕੇ 'ਤੇ ਜ਼ਮੀਨ ਲੈਣੀ ਹੈ, ਤੈਨੂੰ ਪਤਾ ਕਿਸੇ ਗੱਲ ਦਾ? ਨਾ ਪੈਸਿਆਂ ਵਾਲੀ ਗੱਲ ਤਾਂ, ਪੈਸੇ ਤਾਂ ਇਹ ਵੀ ਲੈ ਕੇ ਗਿਆ ਘਰੋਂ। ਕਿੰਨੇ ਰੁਪਏ ਲੈ ਕੇ ਗਿਆ ਤੇਰੇ ਵਾਲਾ? ਪੂਰਾ 10,000 ਲੈ ਕੇ ਗਿਆ, ਉਹ ਵੀ ਮੇਰੇ ਮਾਰ ਮਾਰ ਕੇ ਥੱਪੜ। ਮੇਰੀ ਗੱਲ ਸੁਣ, ਦੇਖ ਭੈਣ, ਮੇਰਾ ਬੰਦਾ ਤਾਂ ਸਿੱਧੇ ਰਾਹ ਪੈ ਗਿਆ, ਉਹ ਕਹਿੰਦਾ ਮੈਂ ਤਾਂ ਇਸ ਲੈ ਨਾ ਤਾਂ ਮਤਲਬ ਲੀਹ 'ਤੇ ਜਾਂਦਾ ਨਹੀਂ ਹੈਗਾ। ਗੱਲ ਸੁਣ, ਆਪਦੇ ਵਾਲੇ ਨੂੰ ਆਪੇ ਸਮਝਾ ਲਾ, ਮੈਂ ਤਾਂ ਭੈਣੇ ਆਪਦੇ ਵਾਲੇ ਨੂੰ ਸਮਝਾ ਲਿਆ ਬਾਪੂ ਨੇ, ਤੇ ਮੈਂ ਵਧੀਆ ਕਲਾਸ ਲਾਈ ਆ ਉਹਦੀ। ਤਾਂ ਉਹਦੀ ਸਹਿਤੀਆਂ ਨਾਲ ਲੈ ਤੂੰ, ਇਹ ਥਾਲੀ ਦੇ ਇੱਕੋ ਹੀ ਚੱਟੇ ਵੱਟੇ ਨੇ। ਚਲੋ ਮੈਂ ਬਾਕੀ ਗੌਰ ਕਰ ਲਿਆ ਮਾੜਾ ਜਾ, ਮੈਂ ਤਾਂ ਤੇਰੇ ਕੰਨੀ ਕੱਢਣ ਆਈ ਸੀ ਵੀ ਭਾਈ ਆਪਦੇ ਦੀ ਗੌਰ ਰੱਖੀ, ਮੇਰੇ ਵਾਲੇ ਨੂੰ ਤਾਂ ਮੈਂ ਆਪੀ ਸੁਧਾਰ ਲੂੰਗੀ। ਗੱਲ ਤਾਂ ਨੇ ਸਹੀ ਕਹੀ ਆ, ਪੈਸੇ ਤਾਂ ਇਹ ਵੀ ਲੈ ਕੇ ਗਿਆ, ਹੁਣ ਠੇਕੇ ਵਾਸਤੇ ਲੈ ਕੇ ਗਿਆ ਕਿ ਊਂ ਲੈ ਕੇ ਗਿਆ, ਉਹ ਤਾਂ ਇਹ ਤੋਂ ਪੁੱਛ ਕੇ ਪਤਾ ਲੱਗੂ। ਜੈਖਣੇ ਤਾਂ ਮੈਨੂੰ ਤਾਂ ਕਹਿੰਦਾ ਕਿ ਜ਼ਮੀਨ ਲੈਣੀ ਆ ਠੇਕੇ 'ਤੇ, ਮੈਂ ਸਾਈ ਫੜਾਇਆ ਵਾਂ, ਮੂੰਹ ਤਾਂ ਸੁੰਘਾਂ ਜਾ ਕੇ ਕਿਹੜੀ ਜ਼ਮੀਨ ਲਈ ਆ। ਚੱਲ ਦੇਖਦੀ ਹਾਂ। ਕਿੱਧਰ ਚੱਲੀ ਮਾਂ? ਚੱਲੀ ਮੈਂ ਆਪਣੇ ਜਾਂਦਿਆਂ ਨੂੰ ਰੋਣ ਚੱਲੀ ਹਾਂ, ਉਹ ਜਿਹੜਾ ਤੂੰ ਕੰਜਰਖਾਨਾ ਕਰਕੇ ਗਿਆ ਉਹਨੇ ਮੈਨੂੰ ਬੈਠਣਾ ਔਖਾ ਕਰਿਆ ਪਿਆ ਅੰਦਰ। ਮੈਂ ਕੀ ਕੰਜਰਖਾਨਾ ਕਰਤਾ ਮਾਂ, ਜ਼ਮੀਨ ਠੇਕੇ 'ਤੇ ਲਈ ਹੈ, ਮੈਂ ਹੋਰ ਕੀ ਕਰਤਾ? ਨਾ ਪਹਿਲਾਂ ਤੇਰੇ ਕੋਲ ਥੋੜ੍ਹੀ ਲਈ ਹੋਈ ਤੀ, ਉਹ 'ਚੋਂ ਕੁਛ ਕੱਟ ਲੈਂਦਾ। ਉਹ ਮੈਨੂੰ ਐਂ ਤੀ ਨਾ ਲੱਗਦੀ ਜ਼ਮੀਨ ਹੈ, ਲਵੇ ਕੋਈ ਹੋਰ ਮਾੜਾ ਗਵਾਂਢੀ ਆ ਜਾਂਦਾ ਹੁੰਦਾ ਹੈਗਾ। ਤੇਰੇ ਤੋਂ ਮਾੜਾ ਕਿਹੜਾ ਹੋਊਗਾ? ਐਂ ਬੋਲਿਆ ਕਰਦੇ ਮਾਂ, ਸਾਰਾ ਦਿਨ ਤਾਂ ਪੁੱਠਾ ਬੋਲੀ ਜਾਂਦੇ ਮੈਨੂੰ, ਕਦੇ ਚੱਜ ਨਾਲ ਤੁਸੀਂ ਬੋਲੇ ਵੀ ਹਾਂ ਵਧੀਆ ਕਰਿਆ ਪੁੱਤ, ਤੈਂ ਠੇਕੇ 'ਤੇ ਜ਼ਮੀਨ ਲੈ ਲਈ, 4 ਪੈਸੇ ਆ ਜਾਣਗੇ ਤੇਰੇ ਕੋਲ। ਕਦੇ ਵਧੀਆ ਕਰਕੇ ਦਿਖਾਇਆ ਤਾਂ ਮੈਂ ਤੇਰੀ ਸਿਫਤ ਕਰਾਂ। ਕਾਹਨੂੰ ਤੁਸੀਂ ਉਹ ਚੰਗਾ ਵਗ ਜਾ, ਜਿੱਧਰ ਜਾਂਦੀ ਹੈਗੀ ਜਾਂ ਵਗ ਜਾ, ਵਗ ਜੂੰਗੀ। ਆਹ ਕਿੱਥੇ ਨੇ ਦੁਖੀ ਕਰਿਆ, ਮਾੜੀ ਲਾ ਦਿੰਦੇ। ਚੱਲ ਤੁਰ ਪਾ ਹੁਣ, ਦੇਖ ਲਾ ਦੇਖ ਲਾ, ਇਹ ਵੀ ਭੱਜ ਕੇ ਜਾਂਦਾ ਸ਼ਾਮ ਨੂੰ, ਹੈ ਆਏ ਨੀ ਗਾ ਰੁੜ ਜਾਣੇ ਨੂੰ, ਮੈਂ ਸ਼ਾਮੇ ਗਾਲਦਾ ਬੰਨਦਾ ਪਿਆ। ਇੱਧਰ ਆ ਜਾ ਹੁਣ, ਤੈਨੂੰ ਮੈਂ ਤੇਰੀ ਮਾਂ ਕੋਲੇ ਹੁਣੇ ਨਾ ਛੱਡ ਦਿਆਂ। ਇੱਕ ਤਾਂ ਉਹ ਰੋਡਾ ਲੱਗਿਆ ਵਾ, ਇੱਕ ਤੂੰ ਉਹ ਜਿਹਾ ਹੋ ਜਾਂਦਾ, ਉਹਨੂੰ ਆਏ ਨੀ ਹੈਗਾ ਮੈਂ ਸ਼ਾਮੇ ਬੰਨ ਕੇ ਵਗ ਜਿਆ ਕਰਾਂ, ਰੋਜ਼ ਧੁੱਪੇ ਗਾਲ ਦਿੰਦਾ ਇਹਨੂੰ, ਬੰਨ ਦਿੰਦਾ। ਫਿਰ ਕਹਿੰਦਾ ਹੱਥ ਨੇ ਅੱਗੇ ਮੱਝ ਦੁੱਧ ਨਹੀਂ ਵੱਧਦੀ ਵੀ ਵਧੂਗੀ ਕਿੱਥੋਂ, ਤੈਨੂੰ ਤਾਂ ਢਹਿ ਜਾਣਾ, ਇਹਦਾ ਸ਼ਰਾਫ ਹੀ ਮਾਰੀ ਜਾਂਦਾ, ਮਰ ਜਾਣਾ। ਹਾਏ ਹਾਏ, ਲੈ ਗੋਹਾ ਗੂਹਾ ਪਰੇ ਕਰਾਂ, ਆ ਜੇ ਨਾ ਬੈਠ ਕੇ ਗੱਲ ਕਰ ਲਾ, ਮੈਨੂੰ ਤਾਂ ਉੱਪਲ ਚਿੱਤੀ ਲੱਗੀ ਪਈ ਆ ਜਦੋਂ ਤਾਂ ਲਾਂਭਾ ਦਿੱਤਾ ਉਹਨੇ ਮੈਨੂੰ।
ਕੀ ਹੋ ਰਿਹਾ ਹੈ? ਮੋੜ ਤੱਕ ਸੁਣਦੀ ਆ ਬੋਲਦੀ, ਹੈਂ ਕੀ ਮਾੜਾ ਕਰਤਾ ਬਾਪੂ ਨੇ? ਸਾਰਾ ਦਿਨ ਬਾਪੂ ਨਾਲੇ ਲੜੀ ਜਾਂਦੀ ਆ, ਪਤਾ ਨਹੀਂ ਇੱਕ ਚਾਦਰਾ ਪਾੜੂਆ, ਪਤਾ ਨਹੀਂ ਨਾ। ਮੈਂ ਨਾ ਫਾਵੜਾ ਲਿਬੜਿਆ ਵਾ ਗੋਹੇ ਦਾ, ਇਹੀ ਮਾਰੂ ਰੋਣੇ ਦੇ ਸਿਰ 'ਚ, ਐਵੇਂ ਬਾਪੂ ਨਾਲ ਲੜਾਈ ਜਾਂਦਾ, ਗੱਲ ਦਾ ਪਤਾ ਤੈਨੂੰ? ਕੀ ਗੱਲ ਹੋ ਗਈ ਹੁਣ? ਕੀ ਗੱਲ ਹੋ ਗਈ ਤੇਰੇ ਜਾਂਦੇ ਨਾ ਸਿਰ? ਪਹਿਲਾਂ ਤਾਂ ਮੈਨੂੰ ਐਂ ਦੱਸ ਵੀ ਉਹਨੂੰ ਰੋਜ਼ ਨਾ ਰੋਜ਼ ਤੋਤੇ ਧੁੱਪੇ ਬੰਨ ਕੇ ਵਗ ਜਾਂਦਾ, ਤੈਨੂੰ ਐਂ ਨਹੀਂ ਹੈਗਾ ਵੀ ਉਹਨੂੰ ਛਾਵੇਂ ਬੰਨ ਜਾ ਕਰਾਂ? ਇਹ ਉੱਥੇ ਪਹਿਲਾਂ ਕੰਧ ਦਾ ਪਰਛਾਵਾਂ ਤੀ, ਮਹਾਂ ਚੱਲ ਬੈਠੇ ਛਾਵੇਂ, ਹੈਂ ਆਹੋ ਬੈਠੇ ਛਾਵੇਂ, ਮੈਨੂੰ ਟਾਈਮ ਲੱਗ ਗਿਆ ਸਾਈ ਫੜਾ ਕੇ ਆਇਆ। ਆਹੋ ਤੇਰੀ ਸਾਈ ਵੀ ਸੁਣ ਲਾ, ਇੱਧਰ ਆ ਪਹਿਲਾਂ ਤਾਂ, ਮੈਨੂੰ ਤਾਂ ਸਮਝ ਨਹੀਂ ਆਉਂਦੀ, ਇੱਥੇ ਬੈਠ ਕੇ ਗੱਲ ਕਰ ਮੇਰੇ ਨਾ, ਮੈਨੂੰ ਐਂ ਦੱਸ ਕਿਹੜੀ ਕਿਹਨੂੰ ਫੜਾ ਕੇ ਆਇਆ ਸਾਈ? ਅੱਛਾ ਉਹ ਤਾਂ ਗੋਗੇ ਸਰਦਾਰ ਵਾਲੀ ਆਪਾਂ ਨੇ ਜ਼ਮੀਨ ਲੈ ਲਈ 40 ਕਿੱਲੇ, ਉੱਥੇ ਤਾਂ ਜੱਸੂ ਅਤੇ ਜਿੰਦਰ ਬਾਗੇ ਅਤੇ 2000 ਰੁਪਇਆ ਕਿੱਲੇ ਦਾ ਵੱਧ ਦਿੰਦੇ ਅਤੇ ਮਸਾਂ ਲੈਤੀ ਹੈ, ਕਹਿ ਸੁਣ ਕੇ ਮਹਾਂ ਭਾਈ ਤੁਹਾਡੇ ਕਣਕ ਦੇ ਢੋਲ ਭਰ ਜਾ ਕਰਾਂਗੇ। ਹੋਰ ਦੱਸ, ਹੈਂ ਮੈਨੂੰ ਐਂ ਦੱਸ ਪੱਕੀ ਗੱਲ ਹੈ? ਹੋਰ ਕੀ ਸਬੂਤ ਹੈ ਤੇਰੇ ਕੋਲ? ਦਿਖਾ ਮੈਨੂੰ ਕੋਈ ਕਾਗਜ਼ ਪੱਤਰ ਕੁਛ। ਲੈ ਕਿਉਂ ਭੈਣ ਦੀ ਬਾਏ ਲੈਤੀ ਹੈ ਵੀ ਰਜਿਸਟਰੀ ਦਿਖਾ ਮੈਂ ਤੈਨੂੰ, ਗੱਲਾਂ ਦੇਖ ਇਹਦੀਆਂ। ਤੇ ਆਪਾਂ ਗਹਿਣੇ ਨਹੀਂ ਲਈ? ਲੈ ਗਹਿਣੇ ਕਿਉਂ, 2 ਰੁਪਈਆਂ ਦੀ ਮਿਲ ਜਾਂਦੀ ਹੈ, ਗਹਿਣੇ ਠੇਕੇ ਦੇ ਸਾਇਸੇ ਉਰੇ ਨੇ। ਲੈ ਸੱਚ, ਹਾਂ ਠੇਕੇ 'ਤੇ ਲੈਣੀ ਸੀ, ਮੈਂ ਤਾਂ ਭੁੱਲ ਜਾਂਦੀ ਹਾਂ। ਅੱਛਾ ਮੇਰੀ ਗੱਲ ਸੁਣ ਲਾ, ਉਹ ਪੰਮੀ ਦੇ ਘਰ ਵਾਲੀ ਬੇ ਮੈਨੂੰ ਗੋਡੇ ਜਿੱਡਾ ਲਾਂਭਾ ਦਿੱਤਾ, ਮੈਨੂੰ ਤਾਂ ਧਰਤੀ ਨੇ ਥਾਂ ਨਹੀਂ ਦਿੱਤਾ, ਮੈਂ ਵਿੱਚ ਕਿਹੜਾ ਨਾ ਧੱਸ ਜਾਂਦੀ। ਲੈ ਕੀ ਕਹਿਤਾ ਉਹਨੇ? ਲੈ ਦੇਖ ਮੂੰਹ ਤਾਂ ਕਿਵੇਂ ਕਰਖਿਆ, ਲੈ ਉਹ ਸਾਰੀ ਰੂਪ ਰੰਗ ਆਏ ਖੋ ਦਿੰਦੀ ਆ ਜਦੋਂ ਸੜਿਆ ਹੋਇਆ ਮੂੰਹ ਬਣਾ ਲੈਂਦੀ ਹੈ। ਕੀ ਕਰਾਂ, ਮੈਨੂੰ ਐਂ ਦੱਸ ਉਹਨੇ ਮੈਨੂੰ ਐਂ ਕਿਹਾ, ਕਹਿੰਦੀ ਤੇਰਾ ਬੰਦਾ ਪੈਸੇ ਲੈ ਕੇ ਕਿ ਦਾਰੂ ਕਢਾਉਂਦਾ ਮੇਰੇ ਬੰਦੇ ਤੋਂ। ਸਿਆਣੇ ਕਹਿੰਦੇ ਨੇ ਜਿਹਦੀ ਜਮਾਨ ਚੱਲਦੀ ਹੁੰਦੀ ਉਹਦੇ ਤਾਂ 7 ਹਲ ਚੱਲਦੇ ਹੁੰਦੇ ਨੇ, ਉਹ ਤਾਂ ਆਈ ਪਕਾਈ ਮਾਰਦੀ ਆ, ਆਈ ਪਕਾਈ, ਤਾਂ ਹੀ ਤਾਂ ਪੰਮੀ ਤੋਂ ਡਾਂਗਾਂ ਨਾਲ ਕੁੱਟਦੀ ਆ ਉਹ। ਬੇ ਚੁੱਪ ਕਰ ਜਾ, ਗੱਲ ਕਰ ਲੈਂਦੇ। ਜਿਵੇਂ ਕਹਿੰਦੇ ਹੁੰਦੇ ਨੇ ਇਸੇ ਜਮਾਨ ਨਾਲ ਗਧੇ 'ਤੇ ਚੜ੍ਹ ਜਾ, ਇਸੇ ਜਮਾਨ ਨਾਲ ਘੋੜੇ 'ਤੇ ਚੜ੍ਹ ਜਾ, ਤਾਂ ਬੰਦੇ ਦੇ ਬਸ ਹੁੰਦਾ। ਮੇਰੀ ਗੱਲ ਸੁਣ ਲੈ ਜੀ, ਉਹਨੇ ਮੈਨੂੰ ਐਂ ਵੀ ਕਿਹਾ, ਕਹਿੰਦੀ ਸਾਡੇ ਵਾਲਾ ਵੀ ਘਰੋਂ ਪੈਸੇ ਲੈ ਕੇ ਆਇਆ, ਕਹਿੰਦੀ ਮੈਨੂੰ ਕੁੱਟ ਕੇ ਲਿਆਇਆ, ਉਹ ਤਾਂ ਚੱਲ ਤੂੰ ਭਲਾ ਮਾਨਸਾ ਵੀ ਨਹੀਂ ਹੱਥ ਚੱਕਦਾ, ਮੈਨੂੰ ਇੰਨਾ ਤਾਂ ਪਤਾ ਹੈ, ਪਰ ਮੇਰੀ ਗੱਲ ਸੁਣ ਜੀ, ਗਲਤ ਥਾਂ 'ਤੇ ਪੈਸਾ ਨਾ ਲਾਈ ਕੋਈ, ਮੈਂ ਤਾਂ ਸੱਚੀ ਮੇਰੇ ਤਾਂ ਨਾ ਦਿਲ ਉਦੋਂ ਦਾ ਐਂ ਹੋਇਆ ਪਿਆ ਵੀ ਬਸ ਕੁਛ ਚੰਗਾ ਹੀ ਨਹੀਂ ਲੱਗਦਾ। ਲੈ ਗਲਤ ਤਾਂ ਨਹੀਂ, ਕਹਿਣ ਤਾਂ ਲੱਗ ਰਿਹਾ ਵੀ ਜ਼ਮੀਨ ਠੇਕੇ 'ਤੇ ਲੈਤੀ ਆ, ਹੋਰ ਇਹ ਕਹਾਣੀ ਚੇੜ ਕੇ ਬਹਿ ਜਾਂਦੀ ਹੈ, ਉਹਦੀਆਂ ਗੱਲਾਂ 'ਚ ਆ ਜਾਂਦੀ ਹੈ, ਤਾਂ ਹੀ ਪੰਮੀ ਤੋਂ ਖੌਂਸੜੇ ਖਾਂਦੀ ਹੈ ਉਹਦੇ, ਪੰਮੀ ਮੈਨੂੰ ਸਾਰੀ ਗੱਲ ਦੱਸਦਾ ਹੁੰਦਾ, ਪੰਮੀ ਦੇ ਸਹੁਰੇ ਤਾਂ ਜਮੀ ਮਲੰਗ ਨੇ ਸਾਰੀ ਜ਼ਮੀਨ ਵੇਚਤੀ, ਇਹੀ ਹੀਲਾ ਉਹ ਪੰਮੀ ਨਾਲ ਕਰਕੇ ਛੱਡੂਗੀ, ਪੰਮੀ ਦਾ ਬਹੁਤ ਔਖਾ ਵਿਚਾਰਾ, ਬਹੁਤ ਔਖਾ, ਮੈਨੂੰ ਬਹੁਤ ਕਹਾਣੀਆਂ ਸੁਣਾਉਂਦਾ, ਰੋਂਦਾ ਵਿਚਾਰਾ ਰੋਂਦਾ, ਉਹ ਇਸੇ ਗਮਾਂ 'ਚ ਲੱਗਿਆ ਪੈਗ ਸੈਗ ਲਾਣੂ, ਕਹਿੰਦਾ ਮੇਰਾ ਕੋਈ ਸ਼ੌਂਕ ਨਹੀਂ ਤੀ, ਮਜ਼ਬੂਰੀ ਬਣ ਗਈ। ਉਹ ਕੋਈ ਹੱਸਦਾ ਵੀ ਕਹਿ ਦਿਆ ਕਰ, ਹਰੇਕ ਦੀਆਂ ਗੱਲਾਂ ਕਰਦਾ ਨਾ, ਰੋਂਦਾ ਰੋਂਦਾ ਰੋਂਦਾ, ਕੋਈ ਹੱਸਦੀ ਗੱਲ ਵੀ ਦੱਸ ਦਿਆ ਕਰ। ਉਹ ਬਾਪੂ ਹੱਸਦੀ ਇਹ ਗੱਲ ਦੱਸਦਾ, ਇਹ ਹੋਰ ਇਹ ਗਿੱਲਾ ਪੀਣਾ ਪਾ ਕੇ ਬਹਿ ਜਾਂਦੀ ਹੈ, ਬਾਪੂ ਆਪਾਂ ਲੈ ਲਈ ਜ਼ਮੀਨ ਗੋਗੇ ਸਰਦਾਰ ਤੋਂ, ਲੈ ਲਈ ਜ਼ਮੀਨ ਹਾਂ ਠੇਕੇ 'ਤੇ ਪੰਮੀ ਨਾਲ ਸਾਂਝੀ, ਆਹੋ ਜੱਸੂ ਦੇ ਜਿੰਦਰ ਬਾਗੇ ਤੇ ਬਾਪੂ ਮਸਾਂ ਸੌਦਾ ਕਰਿਆ, ਉਹ ਬਸ ਹਰੀ 5 ਮਿੰਟਾਂ ਦਾ ਫਰਕ ਰਹਿ ਗਿਆ, ਨਹੀਂ ਬਸ ਹੋ ਗਈ ਗੱਲਬਾਤ, ਓਏ ਹੋ ਗਈ ਬਾਪੂ ਹੋ ਗਈ, ਕਾਇ ਕਿੱਲੇ ਲੈ ਲੇ, 40 ਦੇ 40 ਮੇਰੀ ਗੱਲ ਸੁਣ, ਇਹਨੂੰ ਐ ਪੁੱਛ ਲਾ ਸਮਾਰ ਕੇ, ਮੈਨੂੰ ਪੰਮੀ ਦੇ ਘਰ ਵਾਲੀ ਟੱਕਰੀ ਸੀ, ਕਹਿੰਦੀ ਆ ਕਿ ਸਾਡੇ ਵਾਲਾ ਤਾਂ ਮੈਨੂੰ ਕੁੱਟ ਕੇ ਪੈਸੇ ਲਿਆਇਆ ਦਾਰੂ ਦਾ ਢੋਲ ਪਾਉਣ ਪੂਣ ਵਾਸਤੇ। ਕਿਉਂ ਓਏ, ਉਹ ਮੈਂ ਤੈਨੂੰ ਇਹੀ ਗੱਲ ਕਹਿੰਦਾ ਸੀ, ਕਹਿੰਦੀ ਤੂੰ ਪੰਮੀ ਦੇ ਨਾਲ ਨਾਰਾਲ ਆਪਣਾ ਖੱਜਿਆ ਕਲੇ ਸੀ ਬਧੂ, ਗੱਲ ਸੁਣ ਲਾ ਬਾਪੂ ਸਾਰੀ, ਕਹਿੰਦੀ ਆ ਕਿ ਤੇਰੇ ਵਾਲੇ ਨੇ ਤੇ ਉਹਨੇ ਰਲ ਕੇ ਜ਼ਮੀਨ ਤਾਂ ਲਈ ਹੈ ਵੀ ਇਕੱਠੇ ਢੋਲ ਪਾਇਆ ਕਰਨਗੇ ਦਾਰੂ ਦਾ। ਉਹ ਹੋਰ ਕੀ ਹੈ, ਆਹੀ ਤਾਂ ਕੰਮ ਹੈ ਤੁਹਾਡੇ ਦੋਨਾਂ ਕੋਲੇ, ਹੋ ਹੋਰ ਯਾਰ ਭੋਲਿਆ, ਤੂੰ ਉਹਦਾ ਸਾਥ ਛੱਡਣਾ ਸੀ, ਹੁਣ ਗਲਤ ਕੰਮ ਕਰ ਲਿਆ, ਤਾਂ ਇਸੇ ਕੰਮ ਨੂੰ ਮੈਂ ਰੋਂਦਾ ਸੀ ਵੀ ਤੂੰ ਉਹਦੇ ਨਾਲ ਹਿੱਸਾ ਪੱਤੀ ਨਾ ਰੱਖ।
ਬਾਪੂ ਐਂ ਤਾਂ ਤੀਵੀਆਂ ਵੀ ਨਹੀਂ ਕਰਦੀਆਂ ਜਿਵੇਂ ਤੂੰ ਕਰਦਾ ਹੈ। ਕਿਉਂ ਫਿਰ ਜ਼ਮੀਨ ਵਫਾ ਕਰੂਗੀ ਭਲਾ? ਉਹ ਜ਼ਮੀਨ ਵਫਾ ਕੀ ਕਰੂ, ਉਹਦੇ ਨਾਲ ਨਹੀਂ ਵਫਾ ਕਰਨੀ ਜਿਹੜੀ ਹੁਣੀ ਲਾਂਭੇ ਆਉਣ ਲੱਗ ਗਏ, ਹਜੇ ਤਾਂ ਸਾਈ ਫੜਾਈ ਹੈ। ਫਿਰ ਤੂੰ ਕਦੋਂ ਬਾਪੂ ਘਾਟ ਉਕਲੇ ਸਭਾਣਾ? ਘਾਟ ਉਕਲੇ ਇਸ ਤਾਂ ਮੈਂ ਤਾਂ ਪਾਉਣਾ ਵੀ ਨਾਲੇ ਉਹ ਹਿੱਸਾ ਲਾਇਆ ਕਰੂ ਬਰਾਬਰ ਕਿ ਆਪਾਂ ਹੀ ਲਾਇਆ ਕਰਾਂਗੇ। ਓਏ ਬਾਪੂ ਆਹੀ ਨੇ ਸਾਲ ਦੋ ਸਾਲ ਹੈ, ਚਾਰ ਪੈਸੇ ਬਣਾ ਲਾਂਗੇ ਠੇਕੇ 'ਤੇ ਲੈ ਕੇ, ਗਾਹਾਂ ਧਰਤੀ 'ਚੋਂ ਪਾਣੀ ਮੁੱਕ ਜੂਗਾ, ਜੀਰੀ 'ਚੋਂ ਬਚਦੇ ਨੇ ਜਿਹੜੇ ਚਾਰ ਪੈਸੇ ਬਚਦੇ ਨੇ, ਮੁੱਛਲ ਮਾਛਲ ਲਾ ਲਾਂਗੇ, ਸਾਲ ਦੋ ਸਾਲ ਨੂੰ ਚਾਰ ਜਵਾਕ ਹੋ ਜਾਣਗੇ, ਫਿਰ ਫੀਸ ਇਹਨੀ ਭਰੀ ਜਾਣੀ। ਆਹ ਬੈਨਾਂ ਵਾਲੇ ਪੀਰੀਆਂ ਬੈਨਾਂ ਦੇਖ ਲੈ ਕਿਵੇਂ ਫਿਰਦੀਆਂ ਨੇ, ਕੀੜੀਆਂ ਵਾਂਗੂ ਪਿੰਡਾਂ 'ਚ ਇਹੀ ਖਾ ਜਾਣਗੇ, ਇਹੀ ਖਾ ਜਾਣਗੇ। ਮੇਰੀ ਗੱਲ ਸੁਣ ਜੀ, ਇਹ ਤੇਰੀਆਂ ਸੁਣਦਾ ਤੇਰੀਆਂ ਸੁਣਦਾ, ਆਪਣ ਉਹ ਸੁਣਾ ਦੇ ਲੈ, ਤੂੰ ਸੁਣਾ ਦੇ। ਤੂੰ ਐਂ ਦੇਖ ਲਾ, ਜਦੋਂ ਦਾ ਉਹਨੇ ਮੈਨੂੰ ਲਾਂਭਾ ਦਿੱਤਾ ਨਾ, ਮੇਰੇ ਤੇ ਪਾਣੀ ਦੀ ਵੀ ਨਹੀਂ ਲੰਘੀ, ਰੋਟੀ ਤਾਂ ਖਾਣਾ ਦੂਰ ਦੀ ਗੱਲ ਹੈ, ਮੈਂ ਤਾਂ ਰੋਟੀ ਨਹੀਂ ਖਾਧੀ ਸਵੇਰ ਦੀ। ਕਿਉਂ ਤੇਰੇ ਹੱਥ 'ਚੋਂ ਫੜੀ ਤੀ ਰੋਟੀ ਬਾਪੂ, ਬੋਲਾ ਕੀ ਕਰੇ। ਉਹ ਸਹੀ ਕਹਿੰਦੀ ਹੈ ਬਹੂ, ਸਹੀ ਕਹਿੰਦੀ ਹੈ, ਉਹ ਤੁਹਾਡਾ ਕੰਜਰਖਾਨਾ ਐਂ ਚੱਲੂ ਸਾਰੀ ਉਮਰ। ਗੱਲ ਸੁਣ ਲੈ ਮੇਰੀ, ਹਜੇ ਤਾਂ ਤੂੰ ਸਾਈ ਸੂਈ ਫੜਾਈ ਹੈ, ਦੇਖ ਲਟਕੀ ਨੇ ਰੋਟੀ ਵੀ ਬੰਦ ਹੋ ਗਈ। ਉਹ ਜੇ ਤੁਸੀਂ ਅਜੇ ਕੰਮ ਸ਼ੁਰੂ ਕਰਿਆ ਨਾ, ਅੱਗੇ ਦੇਖੋ ਵਧਿਓ, ਉਹ ਕਦੇ ਤਾਂ ਕਿਹਾ ਕਰੂ, ਦੇਖ ਭਰਾਵਾ ਆਹ ਪੰਮੀ ਤਾਂ ਉਹਦੀ ਕਹਿ, ਮੇਰੇ ਘਰ ਵਾਲੀ ਤਾਂ ਹੁਣ ਰੇਹ ਨਹੀਂ ਪਾਉਣ ਦਿੰਦੀ, ਇਹ ਵੀ ਤੂੰ ਆਪਦੇ ਘਰੋਂ ਲਿਆ, ਅਤੇ ਸਾਥੋਂ ਨਹੀਂ ਸਪਰੇਅ ਲਿਆਂਦੀ ਜਾਂਦੀ, ਇਹ ਵੀ ਤੂੰ ਆਪਦੇ ਕੋਲੋਂ ਪਵਾ, ਉਹ ਤਾਂ ਸਾਰਾ ਕੁਛ ਤੈਥੋਂ ਹੀ ਕਰਾਇਆ ਕਰੂ, ਦੇਖ ਲੈ ਹੁਣ ਤੂੰ। ਉਹ ਤਾਂ ਜੀ ਫਿਰ ਦਿਹਾੜੀਆਂ ਦੀਆਂ ਰੋਟੀਆਂ ਮੇਰੇ ਤੋਂ ਪਕਵਾਇਆ ਕਰੂਗੀ। ਫਿਰ ਦੱਸ, ਉਹ ਸਹੀ ਗੱਲ ਹੈ ਇਹ, ਤੂੰ ਸਹਜੇ ਵੀ ਕੁਛ ਨਹੀਂ ਵਿਗੜਿਆ ਡੁੱਲੇ ਬੇਰਾਂ ਦਾ, ਤੂੰ ਕਹਿੰਦੇ ਸਾਡਾ ਤਾਂ ਹਿਸਾਬ ਕਿਤਾਬ ਹੀ ਨਹੀਂ। ਉਹ ਬਾਪੂ ਉਹ ਤਾਂ ਜਦੋਂ ਕੁਛ ਕਹੂਗੀ ਕਰੂਗੀ, ਲੜਾਈ ਪਾਊਗੀ ਜੋ ਕਰੇ, ਤੂੰ ਕਿਹੜਾ ਤੀਵੀਆਂ ਤੋਂ ਘੱਟ ਲੱਤਾਂ ਹੀ ਪਹਿਲਾਂ ਗਿੱਲਾ ਪੀਣਾ ਪਾ ਲਿਆ। ਗਿੱਲਾ ਪੀਣਾ ਪਵੇ ਨਾ ਯਾਰ, ਹੱਦ ਹੋ ਗਈ ਯਾਰ। ਨਾਲੇ ਤੂੰ ਨਾ ਹਰੇਕ ਗੱਲ ਮਨ 'ਤੇ ਲਾਇਆ ਕਰ, ਜੇ ਐਂ ਗੱਲ ਮਨ 'ਤੇ ਲਾਈ ਗਈ ਰੰਗ ਕਾਲਾ ਹੋ ਜੂਗਾ, ਕਾਲਸ ਫਿਰ ਜੂ, ਮੁੜ ਕੇ ਤਾਂ ਉਹ ਗੱਲ ਬਣਨੀ ਨਹੀਂ, ਜਿਹੜੀ ਮਰਜ਼ੀ ਸਾਬਣ ਨਾਲ ਨਹਾਈ ਜਾਈ। ਉਹ ਮੈਂ ਵੀ ਤੈਨੂੰ ਇਹੀ ਕਹਿਣਾ ਹੈ, ਉਹ ਆਹ ਮੇਰੇ ਚਿੱਟੇ ਐਵੇਂ ਨਹੀਂ ਆਏ, ਇਹ ਤਜਰਬਿਆਂ ਨਾਲ ਹੀ ਆਏ ਆ, ਆਹ ਸਾਰੇ ਕੰਮਾਂ ਵਿਧੀ ਲੰਘਦੇ ਤੁਰਿਆ ਆ, ਉਹ ਐਵੇਂ ਨਹੀਂ ਆਏ। ਤੂੰ ਮੇਰੇ ਆਖੇ ਲੱਗ ਜਾ, ਤੂੰ ਇਕੱਲਾ ਹੀ ਕਰ ਲਿਆ ਕਰ ਖੇਤੀ ਜਿਹੜੀ ਕਰੀ ਜਾਂਦੀ ਹੈ ਰਹਿਣ ਦੇ ਹਿੱਸੇ ਪੱਤੀਆਂ ਨੂੰ। ਆਹੋ ਬਾਪੂ ਦੇਖੇ ਹੋਏ ਨੇ ਤੇਰੇ ਤਜਰਬੇ, ਹੈ ਪਿਛਲੀ ਵਾਰ ਦੇਖਿਆ ਜਦੋਂ ਉੱਚ ਉਹ ਕਿਹੜੀ ਆ ਰਾਂ ਫਲ ਦੇ ਨਾਲ ਲੱਗਦੀ ਹੈ ਜਿਹੜੀ ਜ਼ਮੀਨ, ਉਹ 'ਚ ਕਰਾਹਾ ਲਾਇਆ, ਪਹਿਲਾਂ ਤਾਂ ਸਾਰੀ ਮਿੱਟੀ ਖਿੱਚ ਕੇ ਉੱਧਰ ਡਿਗਰਿਆ ਤੀ, ਕਹਿੰਦਾ ਇੱਧਰ ਨਹੀਂ ਮੈਂ, ਜਦੋਂ ਪਾਣੀ ਛੱਡਿਆ ਉਰਾ ਟੋਬਾ ਬਣ ਕੇ ਖੜ ਗਿਆ, ਫਿਰ ਉੱਧਰੋਂ ਖਿੱਚ ਕੇ ਉਰਾਂ ਲਿਆਏ। ਚਲੋ ਕਹਿ ਕਹਿ ਟੋਲ ਤੇਲ ਦੇ ਮੱਚ ਕੇ, ਉਹ ਚਲ ਉਦੋਂ ਮੇਰਾ ਦਿਮਾਗ ਤਾਂ ਨਹੀਂ ਕੰਮ ਕਰਦਾ ਸੀ, ਤੇਰਾ ਤਾਂ ਕਰਦਾ ਸੀ, ਤੂੰ ਤਾਂ ਮਾੜਾ ਮੋਟਾ ਸਮਝ ਤੋਂ ਕੰਮ ਲੈ ਲੈਂਦਾ। ਫਿਰ ਹੁਣ ਤੂੰ ਕਿਹੜੇ ਵੇਲੇ ਬਾਪੂ ਦਿਮਾਗ ਸਮਰਾ ਲਿਆ ਆ ਮੇਰੇ ਯਾਰ, ਉਹ ਮੇਰੇ ਯਾਰ ਪੰਮੀ ਨਾਲ ਰਲ ਕੇ ਤੇਰਾ ਕੰਮ ਨਹੀਂ ਲੋਟਾਉਣਾ। ਪੰਮੀ ਨਾਲ ਰਲ ਕੇ ਕਿਉਂ, ਪੰਮੀ ਦੇ ਪੈਰੇ ਨੇ ਕੀੜੇ। ਮੇਰੀ ਗੱਲ ਸੁਣ ਬਾਪੂ ਜੀ, ਤੜਕੀ ਦਾ ਨਿਕਲਿਆ ਹੋਇਆ ਤੂੰ ਪਰੌਂਠੇ ਪਕਾ ਦੇ ਪਾ ਕੇ ਵਿੱਚ ਆਲੂ ਲੂ ਬੌਲੀ ਪਕਾਉਣੀ ਆ ਤੁਸੀਂ, ਚੱਲੋ ਮੈਂ ਮਾੜਾ ਜਿਹਾ ਬਾਪੂ ਜੀ ਨਾਲ ਗੱਲ ਕਰਾਂ। ਚੱਲੋ ਬਾਪੂ ਨਾਲ ਚੱਲ ਫਿਰ, ਠੀਕ ਹੈ ਕੋਈ ਗੱਲ ਤਾਂ ਹੋਊਗੀ। ਲੈ ਕਿਉਂ ਮਾਏ ਦੁਸ਼ਮਣਾ, ਮੈਂ ਫੜ ਕੇ ਲਿਆ ਤਾਂ ਵੀ ਮੇਰੇ ਤੋਂ ਚੋਰੀ ਰੱਖਿਆ ਕਰੋਗੇ ਹੁਣ? ਦੁਸ਼ਮਣ ਨਹੀਂ, ਕੋਈ ਰਾਹ ਦੀ ਗੱਲ ਵੀ ਹੋ ਸਕਦੀ ਹੈ। ਰਾਹ ਦੀ ਗੱਲ ਹੈ? ਆਹੋ ਹਾਂ ਪਤਾ ਕਲੇਸੀ। ਬਾਪੂ ਜੀ ਮੇਰੀ ਗੱਲ ਸੁਣ, ਹਾਂ ਚੱਲ ਕੋਈ ਨਾ, ਇਹਨਾਂ ਨੇ ਜ਼ਮੀਨ ਲੈ ਲਈ ਠੇਕੇ ਤੇ, ਹੁਣ ਤੁਸੀਂ ਐਂ ਕਰਿਓ ਨਿਗਾਹ ਆਪ ਰੱਖਿਓ ਇਹਨਾਂ ਦੀ। ਉਹ ਭਾਈ ਚੱਲ ਤੇਰੀ ਗੱਲ ਠੀਕ ਹੈ, ਨਿਗਾਹ ਮੈਂ ਇਹਨਾਂ ਦੀ ਕਿੱਥੇ ਕਿੱਥੇ ਰੱਖੂ, ਇਹਦਾ ਬਾਲੇ ਹੁਸ਼ਿਆਰ ਨੇ, ਦੋਨੇ ਇੱਕੋ ਜਿਹੇ ਨੇ, ਇਹ ਤਾਂ ਕੱਲਾ ਨਹੀਂ ਸੀ ਮਾਨ। ਪੈੜ ਦੱਬੀ ਬਾਪੂ ਇਹਨਾਂ ਦੀ। ਹਾਂ ਹੋ ਗਈ ਹੁਣ ਬਾਪੂ ਤੁਹਾਡੀ ਗੱਲ। ਆਹੋ ਲੈ ਕਰ ਮੇਰੇ ਨਾਲ ਸਟੈਟੀ 'ਚ ਚੱਲ। ਕਿਉਂ? ਸਟੈਟੀ ਵਾਲੀ ਕਾਪੀ ਲੈ ਲੈ ਰੇ, ਚੱਕਾਂਗੇ ਇਹਨੂੰ ਠੇਕੇ 'ਤੇ 40 ਕਿੱਲੇ ਲੈ ਲੇ, ਘੱਟ ਤੋਂ ਘੱਟ 150 ਥੈਲਾ ਤਾਂ ਯੂਰੀਏ ਦਾ ਚੱਕਣਾ ਪਊਗਾ। ਅੱਛਾ ਉਹ ਵੀ ਚੱਕੂਗਾ ਰੇ ਤਾਂ? ਹਾਂ ਤੂੰ ਉਹਨਾਂ ਨੂੰ ਕਹਿ, ਪੰਮੀ ਨੂੰ ਕਹਿ, ਹੁਣ ਇੰਨਾ ਕੰਮ ਤਾਂ ਉਹ ਕਰੇ, ਇਹ ਸਾਰੇ ਕੰਮ ਆਪਾਂ ਹੀ ਕਰਾਂਗੇ। ਲੈ
ਪੰਮੀ ਕਹਿੰਦਾ ਜਦੋਂ ਕਣਕਾਂ ਬੀਜਾਂਗੇ ਉਦੋਂ ਮੈਂ ਕਟਾ ਦੂੰ ਆਪਦੀ ਕਾਪੀ ਤੇ ਹੁਣ ਆਪਾਂ ਕਟਾ ਜਾਂਦੇ ਆ। ਅੱਛਾ ਤੇ ਆ ਹੁਣ ਦੇਖ ਸਾਈ ਫੜਾਉਣੀ ਸੀ ਤਾਂ ਤੂੰ ਮੈਥੋਂ ਪੈਸੇ ਲੈ ਕੇ ਗਿਆ, ਹੁਣ ਰੇਹ ਲਿਆਉਣਾ ਤਾਂ ਤੂੰ ਮੁੜ ਕੇ ਕਾਪੀਆਂ ਫੜਾ ਦੇ, ਕਿਉਂ ਮੈਂ ਹੀ ਸਾਰਾ ਕੁਛ ਪੜਾਵਾਂ, ਉਹਨਾਂ ਦਾ ਹੀ ਸਹੀ ਸਿਆਲਾਂ ਦਾ ਕੋਈ ਹੱਕ ਨਹੀਂ। ਉਹ ਬਾਪੂ 10,000 ਉਹਨੇ ਵੀ ਦਿੱਤਾ 20,000 ਰੁਪਏ ਸਾਈ ਨਾਲ ਫੜਾਇਆ ਵੀ ਘਰੋਂ, ਐਂ ਤਾਂ ਪੈਸੇ ਤਾਂ ਦਿੱਤੇ ਉਹਨੇ ਮੈਨੂੰ, ਦੱਸ ਕੇ ਗਈ ਆਪ ਕਹਿੰਦੀ ਮੈਨੂੰ ਕੁੱਟ ਕੇ ਪੈਸੇ ਲੈ ਕੇ ਗਿਆ ਮੈਥੋਂ, ਹੁਣ ਫਿਰ ਕਾਪੀਆਂ ਫੜਾ ਦਿਆਂ ਭਾਈ, ਹੋਰ ਤੂੰ ਨੂੰ ਜਾਣਾ ਪਊਆ ਗੁੱਠਾ ਲੱਗਿਆ ਲੈ ਕਾਪੀਆਂ ਫੜਾ ਦੇ ਲੈ ਚੱਲ ਨਾਲ ਜਾਈ, ਚੱਲ ਕੋਈ ਨਹੀਂ ਆਹੋ ਚੱਲ ਚੱਲ ਮੈਂ ਰੋਟੀ ਪਕਾ ਦਿੰਦੀ ਆ ਖਾ ਕੇ ਬੰਜੋ। ਅੱਜ ਕੀ ਹੋ ਗਿਆ ਤੂੰ ਐਮਐਲਏ ਮੁਹੰਮਦ ਸਦੀਕ ਵੀ ਨਾਲ ਚੱਲਦਾ ਤੇਰਾ, ਆ ਜਾ ਉਹ ਨਾ ਤਾਂ ਨਹੀਂ ਚੱਲਦਾ, ਕਾਪੀ ਤਾਂ ਮੇਰੇ ਕੋ ਹੀ ਲੈ ਕੇ ਜਾਏਗਾ ਨਾ, ਮਾੜਾ ਤਾਂ ਕਿਸੇ ਦੇ ਜੰਮੇ ਨਾ ਨਾ ਮਾੜਾ ਧੀ ਪੁੱਤ ਕਿਸੇ ਦੇ ਆਵੇ, ਬੰਦੇ ਨੂੰ ਲੈ ਪੈਂਦਾ ਏ। ਆ ਦੇਖ ਲਾ ਪੰਮੀ ਜਿੱਦਣ ਦੀ ਆ ਬਹੂ ਜੀ ਵਿਆਹ ਕੇ ਲਿਆਂਦੀ ਆ ਨਾ, ਕਾਸੇ ਜੋਗਾ ਨਹੀਂ ਰਿਹਾ, 100 ਬੁੜਿਆਂ ਦਾ ਬੁੜਾ ਹੋਇਆ ਪਿਆ, ਸਾਰਾ ਦਿਨ ਦਾਰੂ ਪੀ ਜਾਂਦਾ। ਇੱਧਰ ਇੱਕ ਇਹ ਆ ਪਤਾ ਨਹੀਂ ਇਹਦੇ ਕੀ ਸੱਪ ਲੜਿਆ ਹੋਇਆ, ਸਿਰ ਬੰਨੀ ਪਈ ਆ ਹੁਣ। ਨਾ ਮੈਨੂੰ ਉੱਚਾ ਨਹੀਂ ਸੁਣਦਾ ਹੈਗਾ, ਨਾਲੇ ਕੀ ਕਹਿਣੀ ਹੈ ਹੈ, ਸੱਪ ਲੜੇ ਮੇਰੇ ਘਰ ਤੋਂ, ਸੱਪ ਲੜੇ ਤੇਰੇ, ਉਹ ਵੀ ਕੌਡੀਆਂ ਵਾਲਾ, ਨਾਲੇ ਮੈਂ ਕਿਹੜਾ ਸ਼ੌਂਕ ਨੂੰ ਬੈਠੀ ਹਾਂ, ਆ ਸਿਰ ਦੁਖਦਾ ਮੱਚਣਾ, ਜਦੋਂ ਆਪਦਾ ਕੁਛ ਦੁਖਦਾ ਹੁੰਦਾ ਨਾ ਉਦੋਂ ਤਾਂ ਬੜਾ ਰੇਂਗਦੀ ਹੈ, ਨੀ ਪਾਣੀ ਲਿਆ ਦੇ ਘੁੱਟ, ਨੀ ਚਾਹ ਲਿਆ ਦੇ, ਹੁਣ ਮੇਰੇ ਬਾਰੇ ਪਲੇਗ ਪੈ ਗਈ ਜੇ 4 ਭਾਂਡੇ ਮਾਂਜਣੇ ਪੈ ਗਏ ਤੈਨੂੰ। ਨਾ ਮੈਨੂੰ ਕਾਹਨੂੰ ਪਲੇਗ ਪਵੇ, ਪਲੇਗ ਪਵੇ ਤੈਨੂੰ, ਜਿਹੜੇ ਬੰਦੇ ਦਾ ਕੁਛ ਦੁਖਦਾ ਹੋਵੇ ਉਹਦੀ ਬਾਜ ਨਹੀਂ ਨਿਕਲਦੀ, ਤੇਰੀ 10 ਘਰਾਂ 'ਚ ਬਾਜ ਜਾਂਦੀ ਆ, ਨਾਲੇ ਜੇ ਤੇਰਾ ਕੁਛ ਦੁਖਦਾ ਹੈ ਦਵਾਈ ਲਿਆ, ਐਂ ਕਾਹਨੂੰ ਡਰਾਮੇ ਕਰਦੀਆਂ ਪਈਆਂ ਇੱਥੇ। ਡਰਾਮੇ ਨਹੀਂ ਕਰਦੀ ਹੈਗੀ, ਜੇ ਤੈਨੂੰ ਡਰਾਮੇ ਲੱਗਦੇ ਆ ਨਾ ਤਾਂ ਤੂੰ ਕਰਕੇ ਦੇਖ ਲੈ ਮੇਰੇ ਨਾਲ ਡਰਾਮੇ, ਲੈਤੀ ਸੀ ਦਵਾਈ ਪਿੰਡ ਵਾਲੇ ਡਾਕਟਰ ਤੋਂ, ਹੁਣ ਮੈਂ ਕੀ ਕਰਾਂ ਜੇ ਮੈਨੂੰ ਦਵਾਈ ਨਹੀਂ ਲੱਗਦੀ, ਇਹਦੇ 'ਚ ਮੇਰੀ ਕੀ ਗਲਤੀ ਆ, ਮੈਂ ਤਾਂ ਸ਼ਹਿਰੋਂ ਦਵਾਈ ਲੈਣਾ ਚਾਹੁੰਦੀ ਹਾਂ ਕਿਸੇ ਵਧੀਆ ਡਾਕਟਰ ਤੋਂ, ਕੋਈ ਟੈਸਟ ਟੁਸਟ ਕਰਵਾ ਕੇ, ਇੱਕੋ ਮਰਨਾ ਤੇਰੀ ਲਾਦ ਹੈ, ਘਰੇ ਨਹੀਂ ਵੜਦਾ ਹੈਗਾ, ਜੇ ਉਹ ਨਾਲ ਤੁਰੇ ਤਾਂ ਹੀ ਹੈ, ਹੁਣ ਮੈਂ ਕਿਹੜਾ ਤੇਰੇ ਵਰਗੀ ਆ ਜਿਹੜਾ ਚੁੰਨੀ ਚੱਕ ਕੇ ਭੱਜੂਗੀ ਇਕੱਲੀ ਹੀ। ਨਾ ਤੈਨੂੰ ਮੈਂ ਚੁੰਨੀ ਚੱਕ ਲੱਗਦੀ ਹਾਂ, ਤੈਨੂੰ ਮਾੜੀ ਮੋਟੀ ਸ਼ਰਮ ਆਉਣੀ ਚਾਹੀਦੀ ਆ, ਗਿੱਠ ਦੀ ਜਵਾਨ ਲੱਗੀ ਹੋਈ ਆ, ਤੇਰੀ ਮਾਂ ਨੇ ਆਹੀ ਕੁਛ ਸਿਖਾ ਕੇ ਭੇਜਿਆ ਤੀ, ਵੇਖਣ ਬੋਲੀ ਆਪਣੀ ਸੱਸ ਨੂੰ, ਤੇਰੇ ਨਾਲ ਤਾਂ ਮੇਰਾ ਪੁੱਤ ਆਈ ਚੰਗਾ ਸੀ। ਨਾ ਜੇ ਤੇਰਾ ਪੁੱਤ ਚੰਗਾ ਸੀ ਮੈਂ ਵੀ ਤੇਰੇ ਪੁੱਤ ਨਾਲ ਆਈ ਚੰਗੀ ਸੀ, ਜੇ ਬਾਹਲੀ ਔਖੀ ਹੈ ਨਾ ਹੁਣ ਕਰਾ ਦੇ ਤਲਾਕ, ਨਾਲੇ ਮੇਰੇ ਨਾਲ ਫਾਲਤੂ ਨਾ ਬੋਲ, ਮੇਰਾ ਤਾਂ ਪਹਿਲੀ ਸਿਰ ਪੱਟ ਹੀ ਜਾਂਦਾ, ਲੱਗੀ ਆ ਬੋਲਣੇ ਇੱਥੇ। ਆਹੀ ਕੁਛ ਤਾਂ ਤੂੰ ਭਾਲਦੀ ਆ, ਤੇਰੇ ਕਿਹੜਾ ਇੱਥੇ ਕਿਸੇ ਨੇ ਰੱਸਾ ਪਾਇਆ ਹੋਇਆ। ਲਿਆ ਓਏ ਬਾਪੂ ਫੜਾਈ ਕਾਪੀ, ਆਹ ਲੈ ਪੁੱਤ ਲਓ ਜੀ, ਦੇਖੋ ਜੀ ਸੈਕਟਰੀ ਸਾਹਿਬ ਆਪਾਂ ਨੇ 150 ਥੈਲਾ ਯੂਰੀਏ ਦਾ ਲੈਣਾ ਜੀ। 150 ਥੈਲਾ? ਹਾਂਜੀ। ਕਾਪੀ ਤਾਂ ਤੇਰੀ 1.5 ਕਿੱਲੇ ਦੀ ਆ। ਹਾਂ ਹਾਂ 1.5 ਕਿੱਲੇ ਦੀ ਆ ਕਾਪੀ ਤਾਂ ਜੀ ਆਪਣੀ। ਇੰਨੇ ਜੁੜੀ ਤਾਂ ਕਰੇਗਾ ਕੀ ਤੂੰ? ਆਪਾਂ ਨੇ ਸੈਕਟਰੀ ਸਾਹਿਬ ਜ਼ਮੀਨ ਲੈ ਲਈ 40 ਕਿੱਲੇ ਠੇਕੇ 'ਤੇ ਜੀ। ਸਹੀ ਗੱਲ ਹੈ, 40 ਕਿੱਲੇ ਲੈ ਲਏ, 1.5 ਕਿੱਲੇ ਦੀ ਕਾਪੀ, ਲਿਮਿਟ ਤੇਰੀ ਪੂਰੀ ਹੋ ਰਹੀ ਹੈ, ਹੈਂ ਫਿਰ ਭਰੇਗਾ ਕਿੱਥੋਂ ਪੈਸੇ? ਚਲੋ ਕਾਪੀ ਤਾਂ ਚਲੋ 1.5 ਕਿੱਲੇ ਵਾਲੀ ਹੈਗੀ ਮੈਂ ਮੰਨਦਾ ਜੀ, ਤੇ ਹੁਣ 40 ਕਿੱਲੇ ਅਸੀਂ ਠੇਕੇ 'ਤੇ ਲੈ ਲਏ, 80,000 ਨੂੰ ਕਿੱਲਾ ਲਿਆ ਜੀ। ਹਾਂਜੀ ਮੁੰਡਾ ਜੀ ਹੁਣ ਤਾਂ ਚਲੋ ਬੱਚਾ ਤਾਂ ਕਮਾਊ, ਠੀਕ ਹੈ ਆਪਾਂ ਕਹਿੰਦੇ ਹਾਂ। ਹਾਂ ਬਸ ਠੇਕੇ 'ਤੇ ਕਿਹਦੇ ਲਈ ਹੈ? ਪੰਮੀ ਨਾਲ ਜੀ, ਕਾਕੂ ਵਾਲਿਆਂ ਦਾ ਪੰਮੀ ਹੈ ਜਿਹੜਾ। ਹਾਂ ਪੰਮੀ ਤਾਂ ਬੰਦਾ ਤਾਂ ਹੈ ਨਹੀਂ ਠੀਕ, ਬੰਦਾ ਕਿਉਂ? ਇਹ ਗੱਲ ਮੈਂ ਤੈਨੂੰ ਪਹਿਲਾਂ ਵੀ ਕਹੀ ਸੀ ਭੁੱਲਿਆ, ਵੀ ਪੰਮੀ ਕੰਮ ਦਾ ਨਹੀਂ, ਹਰੇਕ ਬੰਦਾ ਕਹਿੰਦਾ, ਦੇਖ ਲੈ ਤੂੰ ਮੇਰੀ ਮੰਨਦਾ ਨਹੀਂ। ਚਲੋ ਉਹ ਤਾਂ ਠੀਕ ਆ ਜੀ, ਚਲੋ ਤਾਂ ਕੋਈ ਗੱਲ ਨਹੀਂ ਹੈਗੀ ਜੀ, ਹਰੇਕ ਨਾਲ ਬੰਦਾ ਚੰਗਾ ਨਹੀਂ ਹੁੰਦਾ, ਹਰੇਕ ਨਾਲ ਬੰਦਾ ਮਾੜਾ ਨਹੀਂ ਹੁੰਦਾ, ਮੇਰੀ ਗੱਲ ਸੁਣੋ ਜੀ, ਤੁਸੀਂ ਰੇਹ ਕੱਟ ਦਿਓ, ਅਸੀਂ ਸਾਰੀਆਂ ਮੁੱਛਾਂ ਲਾਵਾਂਗੇ ਜੀ, ਰੇਟ ਆਊਗਾ ਪੱਕਾ ਭਰ ਦਾਂਗੇ ਅਸੀਂ। ਮੈਂ ਤਾਂ ਜੀਰੀ ਜਿਹੜੀ ਮਰਜ਼ੀ ਲੈ ਲਈ, ਜੀਰੀ ਤਾਂ ਕੋਈ ਆਪਾਂ ਨੂੰ ਉਹ ਨਹੀਂ, ਠੀਕ ਹੈ, ਪਰ ਰੇਹ ਤਾਂ ਏਕੜਾਂ ਦੇ ਹਿਸਾਬ ਮਿਲੂਗੀ, ਹੁਣ ਤਾਂ ਅਸੀਂ ਦੂਜਿਆਂ ਨੂੰ ਵੀ ਰੇਹ ਦੇਣਾ ਹੁੰਦਾ ਹੈ। ਅੱਛਾ ਜੀ, ਫਿਰ ਸਾਨੂੰ ਵੀ ਦੇ ਦਿਓ ਜੀ, ਹੁਣ ਸੁੱਖ ਨਾਲ ਸਾਡੇ ਕੋਲ 40 ਕਿੱਲੇ ਤਾਂ ਠੇਕੇ ਦੀ ਹੋਊਗੀ। ਦੇਖੋ ਜਿਹੜਾ ਸਰਕਾਰ ਨੇ ਕਰਤਾ 1 ਏਕੜ ਦੇ 3 ਥੈਲੇ, ਪਿੱਛੋਂ ਵੀ ਡਿਮਾਂਡ ਦੇ ਹਿਸਾਬ ਨਾਲ ਹੁੰਦੀ ਹੈ, ਠੀਕ ਹੈ ਜੀ। ਜਦ ਤਾਂ ਤੁਸੀਂ ਕਿਸੇ ਦੀ ਕਾਪੀ ਹੋਰ ਲਓ, ਚੈੱਕ ਵੀ ਕਹਾਂ ਪਊਗਾ ਨਾ, ਇੱਥੋਂ 150 ਦਾ ਚੈੱਕ ਨਹੀਂ ਪੈਂਦਾ। ਤੂੰ ਪੰਮੀ ਵਾਲੀ ਕਾਪੀ ਮੰਗਵਾ ਗਿਆ ਫਿਰ?
ਪੰਮੀ ਨੂੰ ਕਹਿ ਵੀ ਕਾਪੀ ਲਿਆ, ਫਿਰ ਇਹ ਮਿਲੂਗਾ। ਬਾਪੂ ਪੰਮੀ ਕਹਿੰਦਾ ਮੈਂ ਡਿਫਾਲਟਰ ਹੋ ਰਿਹਾ। ਫਿਰ ਹੁਣ ਰੇਹ ਦਾ ਕੀ ਕਰੇਗਾ? ਚਲ ਵੀ ਤੁਸੀਂ ਰੇਹ ਦੇ ਨਹੀਂ ਸਕਦੇ ਜੀ। ਦੇ ਅਸੀਂ ਦੇਵਾਂਗੇ ਕਾਨੂੰਨ ਮੁਤਾਬਕ। ਅੱਛਾ ਜੀ, ਏਕੜ ਦੇ 3 ਹੁੰਦੇ ਨੇ, ਵੱਧ ਤੋਂ ਵੱਧ ਤੈਨੂੰ 4 ਕਰ ਦਾਂਗੇ। ਅੱਛਾ ਜੀ, ਹੋਰ ਕੋਈ ਸਮਾਨ ਲੈਣਾ ਉਹ ਮਿਲ ਜੂਗਾ ਤੈਨੂੰ। ਅੱਛਾ ਜੀ, ਠੀਕ ਹੈ। ਪਰ ਰੇਹ ਦਾ ਸਿਸਟਮ ਦਿਸਾ, ਹੋਰ ਮੈਂਬਰ ਵੀ ਬਹੁਤ ਨੇ ਨਾ, ਸਾਰੇ ਮੈਂਬਰਾਂ ਦੀ ਡਿਮਾਂਡ ਪੂਰੀ ਕਰਾਂਗੇ। ਚਲੋ ਤਾਂ ਠੀਕ ਹੈ ਜੀ, ਜੇ ਸਾਡੇ ਕਾਪੀ ਤੇ ਮਿਲਦਾ ਫਿਰ ਉਸ ਹਿਸਾਬ ਨਾਲ ਤਾਂ ਕੋਈ ਕਰੋ ਗੱਲ। ਕਾਪੀ ਦਾ ਲੈਣਾ ਥੈਲੀ 6 ਬਣਦੇ ਨੇ। 6 ਜੀ, 6 ਬਣਦੇ ਨੇ। ਚੱਲ ਜੀ, ਇਹਨੇ 6 ਦਾ ਚੈੱਕ ਕੱਟੋ, ਫਿਰ ਆਪਾਂ ਹੋਰ ਹਿੱਲਾ ਕਰ ਲਾਂਗੇ ਬਾਪੂ, ਕਰ ਲਾਂਗੇ ਲਾਉਣ ਮਰਜ਼ੀ ਆ। ਪਤਾ ਮੈਂ ਤਾਂ ਕਹਿੰਦਾ ਪੰਮੀ ਨੂੰ ਤਾਂ ਬੁਲਾ ਲਿਆ, ਉਹਨੂੰ ਵੀ ਤਾਂ ਪਤਾ ਲੱਗੇ। ਮਾਲਵਾ ਗ੍ਰਾਮੀਣ ਬੈਂਕ 'ਚ ਲਿਮਿਟ ਕਰਾ ਲਾਂਗੇ, ਮੈਨੇਜਰ ਬਹੁਤ ਵਧੀਆ ਰਿਹਾ, ਭਰ ਦਾਂਗੇ। ਅੱਛਾ, ਹੋਰ ਪੱਲਰ ਵਾਲੇ ਤੋਂ ਚੱਕ ਲਿਆਵਾਂਗੇ ਉੱਥੋਂ ਮੂਣਕ ਤੋਂ। ਐਕਸਨ ਨਾ ਲੈ ਬਾਪੂ ਤੂੰ। ਚਲੋ ਜੀ, ਜਿੰਨਾ ਕੁ ਬਣਦਾ ਮੈਂ ਦੇਣਾ। ਤੁਸੀਂ ਕਾਪੀਆਂ ਹੋਰ ਇਕੱਠੀਆਂ ਕਰ ਲਓ, ਕਿਸੇ ਮਿੱਤਰ ਪਿਆਰੇ ਦੀ ਕਾਪੀ ਲੈ ਲਓ, ਠੇਕੇ ਦੇ ਪਾਸ ਲਿਆ। ਹੋਰ ਫਿਰ ਬੈਂਕ 'ਚੋਂ ਲੋਨ ਕਰਾਉਂਦੇ ਫਿਰਾਂਗੇ। ਲੋਨ ਵਾਲਾ ਲੰਬਾ ਪ੍ਰੋਸੀਜਰ ਹੈ, 5-4 ਕਿਸੇ ਮਿੱਤਰ ਪਿਆਰੇ ਹੋਰ ਮਿੱਤਰ ਪਿਆਰੇ ਵਿੱਚ ਦਿੰਦੇ ਨੇ। ਕੌਣ ਦੇਊਗਾ ਤੈਨੂੰ ਕਾਪੀ? ਹਰੇਕ ਨਾਲ ਤਾਂ ਲੜ ਪੈਣਾ, ਕਦੇ ਨੂੰ ਕਿਸੇ ਨੂੰ ਕਹਿੰਦਾ ਤਾਂ ਤਵੀਆਂ ਪਵਾਤੀਆਂ, ਕਿਸੇ ਨੂੰ ਕਹਿੰਦਾ ਨਾ ਟਰਾਲੀ ਦੇ ਦੇ। ਪੰਮੀ ਫੜ ਲੂ ਫਿਰ 2-4 ਤੋਂ, 1-2 ਤੋਂ ਆਪਾਂ ਫੜ ਲੈਂਦੇ ਹਾਂ। ਉਹ ਨਾ ਬਾਪੂ ਕਿਹੜਾ ਦਿੰਦਾ ਹੈ ਅੱਜ ਕੱਲ੍ਹ ਕਾਪੀ। ਚਲੋ ਜੀ, ਜਿੰਨੀ ਸਾਡਾ ਬਣਦਾ ਰਿਹਾ ਇੰਨਾ ਕੱਟ ਦਿਓ ਜੀ। ਕੋਈ 6 ਥੈਲੇ ਤਾਂ ਲੈ ਜਾਈਏ, ਜਦ ਮਰਜ਼ੀ ਲੈ ਜਾਂਦੇ ਤਾਂ ਤੇਰੇ 6 ਦੇ ਤੈਨੂੰ 7 ਵੀ ਮਿਲ ਜਾਣਗੇ, ਕੋਈ ਉਹ ਨਹੀਂ। ਚਲੋ ਠੀਕ ਹੈ, ਓਕੇ ਜੀ। ਫਿਰ ਠੀਕ ਹੈ, 7 ਆਪਾਂ ਨੂੰ ਮਿਲ ਜਾਂਦੇ ਆ ਤਾਂ 7 ਪੰਮੀ ਦਾ ਵੀ ਹੱਕ ਬਣਦਾ ਹੈ, ਕੁਛ ਨਾ ਕੁਛ ਉਹ ਵੀ ਲਵੇ। ਉਹ ਚੱਲ ਲੈ ਲੂ ਬਾਪੂ, ਉਰੇ ਤੂੰ ਲੜਾਈ ਕਰਨਾ ਹੈ ਮੇਰੇ ਯਾਰ। ਉਹ ਨਾ ਦੇਖੀ ਹੱਕਦਾਰ ਹੈ, ਹਿੱਸੇਦਾਰ ਹੈ, ਫਿਰ ਉਹਦਾ ਅੱਧ ਬਣਦਾ ਹੈ। ਵੀ ਕਿੱਥੇ ਬੈਠੇ ਲੈਣਾ ਨਾ ਦੇਣਾ, ਉਹੀ ਘਰ ਵਾਲਾ ਕੰਮ ਤੇਰਾ। ਘਰ ਵਾਲਾ ਕੰਮ ਨਹੀਂ, ਮੇਰਾ ਦਿਮਾਗ ਖਰਾਬ ਹੋ ਜਾਂਦਾ ਜਦੋਂ ਕੋਈ ਕੰਮ ਸਿਰੇ ਨਾ ਚੜੇ। ਨਹੀਂ, ਅੱਧ ਦੇ ਮਾਲਕ ਦਾ ਹੱਕ ਬਣਦਾ ਅੱਧ ਦਾ। ਲੈ, ਉਹ ਸਿਆਣਾ ਵਾਲਾ ਬੰਦਾ ਐਵੇਂ ਝੂਠ ਮਾਰਦਾ। ਅੱਧ ਦਾ ਨਹੀਂ ਕਰਾਂਗੇ ਬਾਪੂ, ਨੂੰ ਕਾਹੂ ਆ ਵੀ ਰੇ ਮਿਲਿਆ ਨਹੀਂ, ਤੂੰ ਹਿੱਲਾ ਕਰ। ਮੈਨੂੰ ਹੀ ਤਪਾਉਂਦਾ ਰਹਿਣਾ, ਮੈਨੂੰ ਹੀ ਤਪਾਉਂਦਾ ਰਹਿਣਾ, ਮੈਂ ਤਾਂ ਕਦੇ ਦੇਖਿਆ ਨਹੀਂ ਪੰਮ ਨੂੰ ਕਹੀ ਜਾਂਦਾ ਵੀ ਆਹ ਕਰ ਲੈ। ਚਲੋ ਜੀ, ਸਾਡਾ ਚੈੱਕ ਕੱਟ ਗਿਆ, ਇਹ ਤੇਰਾ ਚੈੱਕ ਕਰਤਾ। ਹਾਂਜੀ, 7 ਥੈਲੇ ਜਦ ਮਰਜ਼ੀ ਲੈ ਜੀ। ਬਸ ਠੀਕ ਹੈ ਜੀ, 7 ਤਾਂ ਪੱਕੇ ਹੋਏ। ਹਫ਼ਤੇ ਦਾ ਹੁੰਦਾ, ਹਫ਼ਤੇ ਦੇ ਅੰਦਰ ਅੰਦਰ ਲੈ ਜੀ, ਅਤੇ ਉਦੋਂ ਬਾਅਦ ਨਹੀਂ ਚੈੱਕ ਕੈਂਸਲ ਕੀਤਾ, ਜ਼ਿਆਦਾ ਲੰਬਾ ਰੱਖਿਆ ਨਹੀਂ ਜਾਂਦਾ। ਚਲੋ ਠੀਕ ਹੈ ਜੀ, ਠੀਕ ਹੈ। ਮੇਰਾ ਰੂਰੇ ਵੀ ਜਲੂਸ ਲੱਗ ਜਾਣਾ ਕੱਢਣ। ਉਹ ਭੋਲਿਆ, ਮੈਨੂੰ ਨਾ ਤੇਰੇ ਕੰਮ ਜਮਾਂ ਚੰਗੇ ਨਹੀਂ ਲੱਗਦੇ, ਤੇਰੇ ਲੱਛਣ ਬਿਲਕੁਲ ਪੰਮੀ ਦੇ ਨਾਲ ਦੇ ਹੋ ਗਏ ਸਾਰੇ, ਮੈਨੂੰ ਕੋਈ ਤੇਰੇ ਕੰਮ ਦਾ ਫਾਇਦਾ ਨਹੀਂ ਲੱਗਦਾ। ਉਹ ਬਾਪੂ, ਤੂੰ ਹਰੇਕ ਥਾਵੇਂ ਜਲੂਸ ਕੱਢਣ ਲੱਗ ਜਾਣਾ ਮੇਰੇ ਯਾਰ। ਉਹ ਜਲੂਸ ਨਹੀਂ, ਆਹ ਦੇਖ ਲੈ, ਆਪਾਂ ਤਾਂ ਫਿਰ ਤੈਨੂੰ ਰੇਹ ਭਾਲਦੇ ਵੀ ਰੇਹ ਮਿਲ ਜਾਏ ਸਾਨੂੰ, ਅਤੇ ਆਪ ਉਹ ਪੰਮੀ ਬੱਤੇ ਪੀ ਜਾਂਦਾ ਬੈਠਾ ਦੇਖ ਲੈ। ਫਿਰ ਕੀ ਹੋ ਰਿਹਾ ਬਾਪੂ, ਗਰਮੀ ਹੋ ਰਹੀ ਹੈ, ਵਿਚਾਰੇ ਨੇ ਪੀ ਲਿਆ ਬੱਤਾ, ਲੈ ਤੈਨੂੰ ਵੀ ਪਿਲਿਆ ਮਾ, ਦੱਸ ਆ ਜਾ, ਗਰਮੀ ਹੋ ਰਹੀ ਆ ਜਾ। ਓਏ, ਮੈਨੂੰ ਤਾਂ ਫਿਕਰ ਵੜ ਵੜ ਖਾਂਦਾ ਵੀ ਹੁਣ 40 ਕਿੱਲੇ ਲਾਏ ਤਾਂ ਲਏ, ਉਹਨਾਂ ਦਾ ਮੋਟਾ ਮਾੜਾ ਮੋਟਾ ਕੁਛ ਖਾ ਪੀ ਲਿਆ ਕਰ, ਕਦੇ ਨਹੀਂ ਪੈਸਿਆਂ ਨੂੰ ਨਾਲ ਲੈ ਕੇ ਮਰਦਾ। ਆ ਜਾ ਆ ਜਾ, ਬਸ ਖਾਧਾ ਪੀਤਾ ਲਾ, ਸੁਥਰਾ ਦਮ ਦਾ ਕੀ ਵਸਾ। ਓ ਪੰਮੀ, ਉਹ ਮੇਰੀ ਗੱਲ ਸੁਣ, ਉਹ ਜਿਹੜੇ ਇਹ 40 ਕਿੱਲੇ ਤੁਸੀਂ ਲੈ ਲਏ ਠੇਕੇ ਤੇ, ਉਹ ਬਿੱਡਣਾ ਬਿੱਡ ਲਿਆ, ਇਹਨੂੰ ਪੂਰਬੀ ਚੜਾਓਗੇ ਕਿ ਬੱਤੀ ਪੀ ਜਾਓਗੇ? ਉਹ ਗਰਮੀ ਹੋ ਰਹੀ ਤੀ, ਮੈਂ ਚੱਲ ਠੰਡਾ ਪੀ ਲੈਣਾ, ਮੈਂ ਤਾਂ ਤਵੀਆਂ ਲੋਟ ਕਰਾਉਣਾ ਜੀ। ਉਹ ਤੁਹਾਡੇ ਸਾਹਮਣੇ ਉਹ ਲੱਗ ਰਿਹਾ, ਦੇਖ ਲੈ ਤਵੇ ਬਦਲ ਲੱਗ ਰਿਹਾ, ਖਰਾਬ ਹੋ ਰਹੀਆਂ ਦੀਆਂ। ਅੱਛਾ ਅੱਛਾ, ਕਿਉਂ ਨਹੀਂ ਸੋਚ ਹੈਗੀ? ਸਾਰੀ ਸੋਚ ਹੈ, ਬਸ ਬਸ ਉਹ ਕਾਹਦੀ ਸੋਚ ਹੈ? ਹੁਣ ਇਸ ਤਾਂ ਰੇਹ ਨੂੰ ਫਿਰਦੇ ਆ, ਬਿਰ ਬਿਰ ਕਰਦੇ, ਉੱਥੋਂ ਰੇਹ ਨਹੀਂ ਪੂਰਾ ਮਿਲਿਆ, 7 ਗੱਟਿਆਂ ਨੂੰ ਹਾਂ ਕਰੀ ਹੈ। ਹੁਣ ਤੂੰ ਐਂ ਕਰ, ਸੁਸਾਇਟੀ ਵਾਲੀ ਕਾਪੀ ਕੂਪੀ ਦਾ ਘਰ ਇੰਤਜ਼ਾਮ, ਆਪਾਂ ਉਹ ਤੋਂ ਸਸਤੀ ਮਿਲੇ। ਹਾਂ, ਹੋਰ ਪੰਮੀ, ਤੇਰੀ ਕਿੰਨੇ ਕਿੱਲਿਆਂ ਦੀ ਕਾਪੀ ਸੀ? ਆਪਣੇ 1.5 ਕਿੱਲੇ ਦੀ ਕਾਪੀ ਹੈ। ਓਏ, ਆਪਾਂ ਮਿਲੀ ਨਹੀਂ ਉੱਥੇ, ਉਹ ਕਹਿੰਦਾ ਵੀ ਸਾਰਿਆਂ ਨੂੰ ਵੰਡ ਕੇ ਦੇਣੀ ਆ, ਵੱਧ ਤੋਂ ਵੱਧ ਕਹਿੰਦਾ 7 ਥੈਲੇ ਦੇ ਸਕਦਾ। ਜੇ ਰੇ ਨਹੀਂ ਮਿਲੀ ਤੀ ਉਹ ਨਾਗ, ਤੈਨੂੰ ਪਤਾ ਤਾਂ ਹੈਗਾ ਵੀ ਉਹ ਪੂਆ ਆਪਰੇਟ ਕਰਦਾ ਸਵੇਰੇ ਸ਼ਾਮ, ਉਹ ਗੁੜਦਾ ਗੱਟੀ ਚੱਕ ਲਿਆਂਦਾ।
ਓਏ ਪੰਮੀ ਸਟੱਡੀ 'ਚ ਵੀ ਖੰਡ ਹੈ ਗੁੜ ਹੈ ਨਹੀਂ, ਮੈਂ ਤਾਂ ਮੈਨੂੰ ਵੀ ਪਤਾ ਵੀ ਜਿਹੜਾ ਆਪਾਂ ਬੰਦਾ ਰੱਖਾਂਗੇ ਉਹ ਦਾਰੂ ਬਿਨਾਂ ਸਾਰਦਾ ਨਹੀਂ, ਇਹ ਤਾਂ ਮੈਨੂੰ ਵੀ ਪਤਾ ਹੈ। ਉਹ ਭੋਲੇ ਹਾਂ, ਉਹ ਮੈਂ ਕਹਿੰਦਾ ਇਹਦਾ ਢੱਕਣ ਜਿਹਾ ਖੋਲਿਆ ਤਾਂ ਨਹੀਂ, ਆਪਾਂ ਆਹੀ ਪੀ ਲੈਣੇ ਅੱਧਾ ਅੱਧਾ, ਕੱਲ੍ਹ ਮੈਂ ਪੈਸਾ ਖਰਚ ਕਰਨਾ ਹੈ। ਹੋਰ ਹੁਣ ਬੜਾ ਕੰਜੂਸ ਹੋ ਗਿਆ ਬਾਪੂ, ਕੰਜੂਸ ਨਹੀਂ, ਉਹ ਜੋ ਨਹੀਂ ਰੱਖਣ ਖੋਲਿਆ ਸੀ ਆਪਾਂ ਇਹਦੇ 'ਚ ਅੱਧਾ ਪੀ ਲੈਂਦਾ। ਜੇ ਗਰਮੀ ਲੱਗ ਗਈ ਤਾਂ ਐਡਾ ਕਹਿ ਐਡੀ ਗਲੂਕੋਜ਼ ਲਾਊ ਤੇਰੇ ਭੂਤਨੇ ਵਾਲਾ ਡਾਕਟਰ, ਫਿਰ ਵੀ ਤਾਂ ਪੈਸੇ ਲਾਉਂਦੇ ਫਿਰੇਗਾ। ਉਹ ਮੈਂ ਆਹ ਫਾਲਤੂ ਖਰਚੇ ਕਰਕੇ ਰਾਜੀ ਨਹੀਂ ਪੰਮੀ, ਗਰਮਾਇਸ਼ ਹੈ ਬਾਪੂ ਗਰਮਾਇਸ਼ ਹੈ, ਚਿੜੀ ਜਿਨੇ ਔਰ ਮਰਨ ਲੱਗ ਰਿਹਾ ਗਰਮੀ ਨਾਲ। ਮੇਰੀ ਗੱਲ ਸੁਣ ਪੁੱਲੇ ਨਾਲੇ, ਜਦੋਂ ਤੂੰ ਰਾ ਪ੍ਰਾਣ ਆਉਣਾ ਖੇਤ ਖੂਤਾਂ ਨਾਲ ਮੈਂ ਬਾਪੂ ਨਾਲ ਲਿਆ ਕਰ ਦੂੰ। ਉਹ ਕੀ ਕਰਾਇਆ ਰੇ ਗੁੱਠਾ ਲੱਗਾ ਮੈਥੋਂ ਬਿਨਾ ਰੇ, ਇਹਦੇ ਖਸਮ ਦੇ ਨਾਂ ਹੈ ਜ਼ਮੀਨ। ਹਾਂ ਬਾਪੂ ਆਹੋ ਇੱਕ ਮੈਨੂੰ ਸੁਣ ਗਿਆ ਬਾਪੂ ਨੂੰ ਨਾਲ ਨਾਲ ਲੈ ਕੇ ਆਇਆ ਕਰ। ਪਹਿਲੇ ਆਇਆ ਤੂੰ 150 ਕੱਟਾ ਰੇ ਦਾ, ਤੁਸੀਂ 7 ਕੱਟੇ ਨਹੀਂ ਮਿਲੇ। ਉਹ ਤਾਂ ਸਾਡੀ ਕਾਪੀ ਤੇ ਜਿੰਨਾ ਮਿਲਣਾ ਸੀ ਫਿਰ ਉਨਾ ਹੀ ਮਿਲੂ। ਚਲ ਕੋਈ ਨਾ ਸੋਚਣਾ ਕਰ ਬੋਲੇ, ਆਪਾਂ ਕਾਪੀਆਂ ਇਕੱਠੀਆਂ ਕਰ ਲਾਂਗੇ। ਆਹੋ ਬਸ ਫਿਰ ਚੱਲ ਨਿਬੜ ਗਿਆ, ਕਾਪੀ ਮੇਰੀ ਹੈਗੀ ਹੈ ਹੁਣ। ਹੁਣ ਮੈਨੂੰ ਨਾ ਬਾਰੀ ਚਿੰਤਾ 'ਚ ਪਾਈ, ਹੁਣ ਪੰਮੀ ਆਪੇ ਜ਼ਿੰਮੇਵਾਰੀ ਨਾਲ ਰੇ ਲਊਗਾ। ਬਾਪੂ ਕਾ ਤੋਂ ਰੌਲਾ ਪਾਣਾ, ਉਹ ਦੇਖੋ ਛੱਡ ਥੱਲੇ ਮੇਰਾ ਤਾਇਆ ਲਾਪਾ, ਆਓ ਬੈਠਿਆ ਦੇਖ ਗੁੱਡੂ ਮੇਰਾ ਤਾਇਆ, ਆਓ ਦੇਖ ਛਮਛੇਰ ਮੇਰਾ ਚਾਚਾ, ਸਾਰੇ ਉਰਾਂ ਲੱਗ ਰਹੇ ਨੇ ਦੇਖਣ ਵੀ ਉਹ ਦੇਖ ਉਹਦਾ ਪਿਆਰ ਬਣਣ ਲੱਗਾ। ਨਾ ਦੇਖ ਐ ਤਾਂ ਤੈਨੂੰ ਦਿਸ ਗਏ ਵੀ ਉਹ ਇੱਧਰ ਦੇਖੀ ਜਾਂਦਾ, ਉਹ ਬੈਠੇ ਤਾਂ ਨਹੀਂ ਦਿਸੇ, ਬੈਠੇ ਆਰਾਮ ਨਾਲ, ਉਹ ਮੈਂ ਵੀ ਉਹਨਾਂ ਕੋਲੇ ਬਹਿ ਜਾ, ਉਹ ਸਲਾਗਤ ਤੁਸੀਂ ਜੇ ਜੰਮਿਓ ਤਾਂ ਹੀ ਨਹੀਂ ਮੈਥੋਂ ਬੈਠਾ ਜਾਂਦਾ। ਜ਼ਮੀਨ ਮੇਰੇ ਨਾਂ ਕਰਾ ਦੇ ਤੈਂ, ਜ਼ਰੂਰੀ ਜਾਣਾ ਬੈਂਕਾਂ 'ਚ ਧੱਕੇ ਖਾਣਾ ਫਿਰਦਾ ਸਟੇਟੀਆਂ 'ਚ, ਜ਼ਮੀਨ ਮੇਰੇ ਨਾਂ ਕਰਾ ਦੇ। ਉਹ ਤੁਸੀਂ ਐਂ ਕਲੇਸ਼ ਕਰਿਆ ਕਰੋਗੇ ਬਾਈ, ਕੰਮ ਪੂਰ ਤਾਂ ਆਪਣਾ ਮਨ ਲੱਗਾ ਚੜਦਾ ਨਹੀਂ, ਨਾਲੇ 40 ਰਹੂਗਾ ਜਿਹੜੇ ਸਾਹਿਬ ਨਾਲ ਲੱਛਾ ਜਿਹੜਾ। ਮੈਨੂੰ ਵੀ ਪਤਾ ਹੈ ਜੇ ਮੈਂ ਇਹਦੇ ਨਾਂ ਜ਼ਮੀਨ ਕਰਾਤੀ ਆ ਬੱਤਿਆਂ 'ਤੇ ਉਡਾ ਦਿਓਗੇ ਤੁਸੀਂ। ਹਾਂ ਚੱਲ ਤੁਸੀਂ ਲੜੋ ਭਾਈ, ਮੈਂ ਤਾਂ ਆਪਣੇ ਤਵੀਆਂ ਸੈੱਟ ਕਰਾਣਾ। ਬੱਤੇ ਜਣੋ ਦੀ ਮੈਂ ਰੋਜ਼ ਹੀ ਪੀਨਾ, ਰੋਜ਼ ਹੀ ਪੀਨਾ। ਆ ਮੇਰੇ ਸਾਹਮਣੇ ਤਾਂ ਰੋਜ਼ ਹੀ ਪੀਨੇ ਹੋ ਜਦੋਂ ਅੱਜ ਪੀ ਜਾਂਦੇ ਹੋ। ਆਹੋ ਹਾਂ, ਜਦੋਂ ਉਹਦੇ ਕੀ ਕਹਿੰਦੇ ਰਾਗੀ ਦੇ ਮੁੰਡੇ ਦਾ ਵਿਆਹ ਤੀ ਅਮਨੀ ਦਾ, ਉਹਦੇ ਵਿਆਹ 'ਚ ਪੀਤਾ ਹੋਇਆ ਬੱਤਾ, ਅੱਜ ਪੀਤਾ। ਚੱਲ ਕੋਈ ਨਹੀਂ, ਮੇਰਾ ਵੀ ਜੀ ਕਰਦਾ ਵੀ ਉਹਨਾਂ ਦੇ ਨਾਲ ਸੱਥ 'ਚ ਬਹਿ ਜਾ, ਪਰ ਤੂੰ ਸਲੱਗ ਜੰਮਿਆ ਹੋਇਆ ਨਾ, ਗਾਹਾਂ ਸਲੱਗਾਂ ਨਾਲ ਲਿਹਾਜ਼ਾਂ ਪਾ ਲੀਆਂ, ਤੇਰੇ ਮਗਰ ਮਗਰ ਫਿਰਦਾ ਮੈਂ। ਤੂੰ ਨਹੀਂ ਬਾਪੂ ਮੈਨੂੰ ਕਿਸੇ ਨਾਲ ਵਰਤਣ ਦਿੰਦਾ, ਦੇਖ ਲਿਆ ਬਸ। ਵਰਤਣ ਨੂੰ ਨਹੀਂ ਮੈਂ ਕਹਿੰਦਾ, ਮੈਂ ਤੇਰੇ ਲੱਛਣਾਂ ਤੋਂ ਡਰਦਾ। ਉਹ ਮੇਰੇ ਯਾਰ ਬਾਪੂ ਤੇਰਾ ਠੰਡਾ ਬਾਹਰ ਕੱਢਣ ਵਾਲਾ ਕਰਤਾ, ਆ ਜੀ ਜਦੋਂ ਆਵੇਂਗਾ। ਓ ਮੇਰੇ ਯਾਰ, ਮੈਂ ਰਾਹ 'ਚ ਹੀ ਪੀ ਲੂੰ ਤੁਰਿਆ ਜਾਂਦਾ। ਇਹ ਖੜੀ ਹੋ ਜਾ, ਕੀ ਅੱਧੀ ਰਾਤ ਹੋ ਰਹੀ ਹੈਗੀ, ਪਤਾ ਦੇਖ ਲੈ ਕਿੰਨੀ ਚੜ ਰਹੀ ਹੈ। ਵੀ ਮੈਨੂੰ ਵੀ ਦੀਂਦੀ ਹੈ ਆ, ਤੈਨੂੰ ਵੀ ਦੀਂਦਾ ਹੋਣਾ ਮੇਰਾ ਸਿਰ ਬੰਨਿਆ। ਕਿ ਆਪਰੇਸ਼ਨ ਹੋਇਆ ਹੈਗਾ? ਮਰਨੇ ਤੇਰਾ ਹੋਵੇ ਆਪਰੇਸ਼ਨ, ਤੇਰੇ ਕੀੜੇ ਪੈਣ, ਤੂੰ ਮਰੇ, ਮੇਰਾ ਕਿਉਂ ਆਪਰੇਸ਼ਨ ਹੋਵੇ ਸੁੱਖੀ ਸੰਦੀ? ਮੇਰਾ ਤਾਂ ਸਿਰ ਦੁਖਦਾ, ਬੁਖਾਰ ਹੋ ਰਿਹਾ ਮੈਨੂੰ ਤਾਂ। ਦੇਖ ਲੈ ਕਿਵੇਂ ਬੋਲਦੀ ਹੈ, ਪਰ ਗੋਲੀ ਲੈ ਲੈ, ਗੋਲੀ ਡੱਫ ਲੈ। ਮੈਂ ਡੱਫੀ ਸੀ, ਆਰਾਮ ਨਹੀਂ ਆਉਂਦਾ, ਐਂ ਕਰ ਸ਼ਹਿਰ ਲੈ ਜਾ, ਉੱਥੋਂ ਵਧੀਆ ਜੀ ਕੋਈ ਦਵਾਈ ਦਵਾ ਲਿਆ ਮੈਨੂੰ। ਆ ਸ਼ਹਿਰ ਲੈ ਜਾ ਤੈਨੂੰ, ਮੇਰਾ ਤਾਂ ਪਹਿਲੀ ਦਿਮਾਗ ਖਰਾਬ ਹੋ ਰਿਹਾ ਹੈ। ਤਿੰਨ ਚਾਰ ਕੱਪ ਚਾਹ ਦੇ ਬਣਾ। ਚਾਹ ਬਣਾ ਕਿਉਂ, ਹਲ ਵਾ ਕੇ ਆਇਆ ਚਾਹ ਬਣਾਉਣ ਨੂੰ ਤੂੰ, ਨਾਲੇ ਤਿੰਨ ਚਾਰ ਕੱਪ ਬੈਠੇ ਹੋਣਗੇ ਲੰਗਾੜੇ ਖੇਤ 'ਚ, ਢੋਲ ਢੂਲ ਕੱਢਿਆ ਹੋਣਾ ਤੂੰ। ਕਾਹ ਨੂੰ ਬੈਠੇ ਨੇ ਲੰਗਾੜੇ, ਉਹ ਤਵੀਆਂ ਠੀਕ ਕਰਾਉਣ ਲੱਗ ਰਿਹਾ, ਉੱਥੇ ਅਕਬਰ ਹੈਗਾ ਇੱਕ, ਉਹਦਾ ਚੇਲਾ ਕਹਿੰਦਾ ਚਾਹ ਲਿਆ ਚਾਹ ਪੀਣੀ ਹੈ। ਦੇਖ ਮੈਂ ਤੈਨੂੰ ਪਹਿਲਾਂ ਵੀ ਕਿਹਾ ਮੇਰਾ ਸਿਰ ਦੁਖਦਾ, ਮੈਂ ਤਾਂ ਐਂ ਕਹਿੰਦੀ ਹਾਂ 10 ਮਿੰਟ ਘੁੱਟ ਦੇ ਮੇਰਾ ਸਿਰ। ਲੈ 10 ਮਿੰਟ ਘੁੱਟ ਦੇ, ਫਿਰ ਉੱਥੇ ਚਾਹ ਲੈ ਕੇ ਕੌਣ ਜਾਊਗਾ, ਤੂੰ ਚਾਹ ਤਾਂ ਬਣਾ ਦੇ ਤਿੰਨ ਚਾਰ ਕੱਪ। ਨਾ ਤੈਨੂੰ ਕੋਈ ਹੋਰ ਘਰੇ ਦਿੰਦਾ ਨਹੀਂ ਮੇਰੇ ਤੋਂ ਬਿਨਾ, ਤੈਨੂੰ ਮੈਂ ਹੀ ਦਿੰਦੀ ਹਾਂ ਸਾਰੇ ਕੰਮਾਂ ਨੂੰ। ਇਹ ਹੋਰ ਕੌਣ ਹੈਗਾ, ਤੈਨੂੰ ਇਹ ਕਹੂੰਗਾ ਔਰ ਕਿਹਨੂੰ ਕਹੂੰਗਾ? ਤੇਰੀ ਮਾਂ ਕਿੱਥੇ ਗਈ, ਆਪਦੀ ਮਾਂ ਨੂੰ ਬਾਜ਼ ਮਾਰ ਲੈ। ਉਹ ਗੀਤ ਤਾਂ ਕਿੱਧਰ ਜਾਰੀ ਹੋਣੀ ਹੁਣ, ਤੂੰ ਬਣਾ ਦੇ, 5 ਮਿੰਟ ਲੱਗਣਗੇ, ਬਣਾ ਦੇ ਚਾਹ। ਗਰਮੀ ਪਹਿਲਾਂ ਹੀ ਬਹੁਤ ਆ, ਮੈਨੂੰ 10 ਮਿੰਟ ਪੈ ਜਾਂਦੇ, ਮੇਰਾ ਸਿਰ ਫਟੀ ਜਾਂਦਾ। ਬਸ ਫਿਰ ਮਾਂ ਕਿੱਥੇ ਹੈ? ਮੇਰੀ ਜੇਬ 'ਚ ਪਾਈ ਹੋਈ ਆ, ਕੱਢ ਲਾ। ਤੇ ਫਿਰ ਦੱਸ ਤਾਂ ਦੇ ਵੀ ਕਿੱਧਰ ਜਾਰੀ ਹੈ, ਤੈਨੂੰ ਤਾਂ ਪਤਾ ਹੋਣਾ, ਉਹਨੂੰ ਕਹਿ ਦੂੰਗਾ। ਰੱਬ ਨੇ ਮੂੰਹ 'ਚ ਜ਼ਬਾਨ ਦਿੱਤੀ ਹੈ, ਬਾਜ਼ ਮਾਰ ਲੈ। ਮੈਂ ਦੇਖਦਾ, ਤੂੰ ਹੀ ਦੱਸ ਦੇ ਕਿ ਮੈਂ ਦੇਖਦਾ ਅੰਦਰ।
ਪਤਾ ਨਹੀਂ ਕਿੱਥੋਂ ਨਿਕਲਿਆ ਉੱਧਰ ਆਇਆ ਕਿੱਥੋਂ ਨਹੀਂ ਅੱਗ ਲੱਗੀ ਉਹਨੇ ਵਾਂਗੂ ਭੈਣ ਵੀ ਨਹੀਂ ਦਿੰਦੇ ਹੈਗੇ ਕਦੇ ਮਾਂ ਆ ਜਾਂਦੀ ਕਦੇ ਇਹ ਆ ਜਾਂਦਾ ਲੈ ਆਹ ਲੱਗ ਰਿਹਾ ਸਾਰੇ ਪਾਸੇ ਭਾਲਿਆ ਆ ਇਹ ਮਾਂ ਚਾਹ ਬਣਾਈ ਨਾ ਬਾਕੜਾ ਕੀ ਕਰਦਾ ਇਹ ਉਹ ਕਹਿੰਦੀ ਮੇਰਾ ਸਿਰ ਦੁਖਦਾ ਪਈਆ ਹਾਂ ਸਿਰ ਦੁਖਦਾ ਜਿਹਦਾ ਸਿਰ ਦੁਖਦਾ ਹੋਵੇ ਨਾ ਧੋ ਕੇ ਉਹ ਸਜ ਕੇ ਬਹਿ ਗਈ ਸੁਰਖੀ ਬਿੰਦੀ ਲਾਉਣ ਦਾ ਤਾਂ ਪਤਾ ਹੈ ਜਿਹੜਾ ਬਿਮਾਰ ਹੋਵੇ ਉਹ ਕੁਛ ਲਾ ਲੂਗਾ ਫਿਰ ਚਾਹ ਦੀ ਕੁੱਟ ਤਾਂ ਬਣਾ ਸਕਦੀ ਆ ਮਾਂ ਕਿੱਡੀ ਗੱਲ ਹੈ ਤੂੰ ਬਣਾ ਦੇ ਨਾ ਮੇਰੇ 'ਚ ਲੋਹਾ ਠੋਕਿਆ ਹੈ ਸਾਰੇ ਕੰਮ ਮੈਂ ਫੂਕਣੇ ਫੂਕਾਂ ਪਹਿਲਾਂ ਭਾਂਡੇ ਮਾਂਜ ਕੇ ਆਈਆਂ ਹੁਣ ਸੰਨੀਆਂ ਕਰੀਆਂ ਨੇ ਫਿਰ ਹੁਣ ਮੈਂ ਖੇਤ ਦਾ ਕੰਮ ਵੀ ਕਰਦਾ ਉਹਦਾ ਸਿਰ ਦੁਖਣ ਲੱਗ ਰਿਹਾ ਤੂੰ ਚਾਹ ਬਣਾ ਦੇ ਕਿੱਡੀ ਗੱਲ ਹੈ ਫਿਰ ਤੂੰ ਕੁੱਟ ਦੇ ਉਹਦਾ ਸਿਰਾਣੇ ਬਹਿ ਕੇ ਜੇ ਉਹਦਾ ਸਿਰ ਦੁਖ ਰਿਹਾ ਉਹ ਤਾਂ ਡਰਾਮੇ ਕਰਦੀ ਆਪ ਵੀ ਕਹਿੰਦਾ ਉਹਦਾ ਸਿਰ ਦੁਖਦਾ ਦੇਖ ਲਓ ਜਿਹਨੂੰ ਮਰਜ਼ੀ ਛੇੜ ਲੈ ਸਿਰ ਨੂਣ ਬੰਨੀ ਫਿਰਦਾ ਪੱਲੇ ਕਿੱਥੇ ਇਹਨਾਂ ਨੇ ਤਪਾਇਆ ਪਿਆ ਨਾਲੇ ਸਾਰਾ ਕੰਮ ਕਰੋ ਫਿਰ ਵੀ ਫੂਕਣੇ ਫੂਕ ਕੇ ਦਿਓ ਇਹਨਾਂ ਨੂੰ ਪਕਾ ਕੇ ਵੀ ਦਿਓ ਚਾਹਾਂ ਬਣਾ ਕੇ ਦਿਓ ਇਹ ਖੜੀ ਹੋ ਲੈ ਬਣਾ ਦੇ ਚਾਹ ਨਾ ਤੁਸੀਂ ਮਾਂ ਪੁੱਤਾਂ ਨੇ ਸੁੱਖਿਆ ਹੋਇਆ ਵੀ ਮੈਨੂੰ ਆਰਾਮ ਨਹੀਂ ਕਰਨ ਦੇਣਾ ਭੋਰਾ ਇਹ ਹੁਣ ਮੈਂ ਮਾਂ ਨੂੰ ਕਹਿ ਦੀ ਮਾਮਾ ਤੂੰ ਬਣਾ ਦੇ ਚਾਹ ਉਹ ਨਹੀਂ ਬਣਾ ਦੇ ਕਹਿੰਦੀ ਉਹਨੂੰ ਕਹਿ ਦੇ ਮੈਂ ਵੀ ਤੈਨੂੰ ਕਿਹਾ ਸੀ ਵੀ ਆਪਦੀ ਮਾਂ ਨੂੰ ਕਹਦੇ ਮੇਰੇ ਤੋਂ ਨਹੀਂ ਚਾਹ ਬਣਦੀ ਹੈਗੀ ਉਹ ਵੀ ਕਹਿੰਦੀ ਮੈਂ ਨਹੀਂ ਬਣਾਉਂਦੀ ਹੈਗੀ ਹੋਰ ਕੌਣ ਬਣਾਊਗਾ ਮੇਰੀ ਬੇਇੱਜ਼ਤੀ ਹੁੰਦੀ ਹੈ ਬਣਾ ਦੇ ਕੋਈ ਨਾ ਵੀ ਅੱਗੇ ਕਿਹੜਾ ਤੇਰੇ ਝੰਡੇ ਝੂਲਦੇ ਆ ਕਹਿੰਦੀ ਅੱਗੇ ਕਿਹੜਾ ਝੰਡੇ ਝੂਲਦੇ ਨੇ ਉਹ ਡਿੱਕਣ ਲੱਗ ਰਿਹਾ ਹੁਣ ਤਵੀਆਂ ਠੀਕ ਕਰਨੀਆਂ ਨੇ ਅਕਬਰ ਫਿਰ ਮੈਂ ਕੀ ਕਰਾਂ ਜੇ ਡਿੱਕਣ ਲੱਗ ਰਿਹਾ ਜੇ ਤੂੰ ਬਣਾ ਦੇਗੀ ਫਿਰ ਕਿੱਡੀ ਗੱਲਾਂ ਚਾਹ ਦੀ ਕੁੱਟਾਂ ਮੈਨੂੰ ਤਾਂ ਬਣਾਉਣੀ ਨਹੀਂ ਆਉਂਦੀ ਹੈਗੀ ਮਿੱਠਾ ਵੱਧ ਪੈ ਜਾਏਗੀ ਪਿਤਾ ਅੱਛਾ ਕੀ ਤਾਂ ਪੱਤੀ ਵੱਧ ਪੈ ਜੇ ਫਿਰ ਉਹ ਪਤਾ ਅਕਬਰ ਕੀ ਕਹੂਗਾ ਤੇਰੀ ਬਹੂ ਤਾਂ ਚਾਹ ਨਹੀਂ ਬਣਾਉਣੀ ਆਉਂਦੀ ਹੈਗੀ ਬੇਇੱਜ਼ਤੀ ਤਾਂ ਤੇਰੀ ਹੈ ਨਾ ਤੈਨੂੰ ਦਾਰੂ ਦਾ ਬੜਾ ਪਤਾ ਵੀ ਗੁੜ ਕਿੰਨਾ ਪੈਂਦਾ ਉਹਦੇ ਚ ਕਿੰਨਾ ਟਾਈਮ ਰੱਖਣੀ ਹੈ ਕਿੰਨਾ ਟਾਈਮ ਕੱਢਣੀ ਹੈ ਓਏ ਉਹ ਤਾਂ ਮੈਂ ਪਰਚੀ ਤੇ ਲਿਖਿਆ ਰੱਖਿਆਗਾ ਵੀ ਕੀ ਕੁਛ ਪੈਂਦਾ ਉਹ ਚ ਬਸ ਫਿਰ ਅੱਜ ਤੋਂ ਚਾਹ ਦੀ ਵੀ ਪਰਚੀ ਬਣਾ ਲੈ ਇਹ ਕਹਿੰਦੀ ਚਾਹ ਦੀ ਵੀ ਪਰਚੀ ਬਣਾ ਲੈ ਇਹ ਬਣਾ ਦੇ ਕੋਈ ਨਾ ਮੈਂ ਦੇਖੀ ਤੇਰੇ ਪੈਰ ਘੁੱਟ ਦੇਣਾ ਲੱਤਾਂ ਘੁੱਟ ਦੇਣਾ ਤੇਗੀਆਂ ਦੇਖੀ ਬਣਾ ਦੇ ਲੈ ਬਣਾ ਦੇ ਖੇਖਣ ਜੇ ਕਿਤੇ ਹੋਰ ਜਾ ਕੇ ਕਰਿਆ ਕਰ ਐ ਜੇ ਡਰਾਮੇ ਨਾ ਮੇਰੇ ਕੋਲ ਨਹੀਂ ਚੱਲਦੇ ਹੈਗੇ ਹਾੜੇ ਹਾੜੇ ਬਣਾ ਦੇ ਤੇਰੀ ਇਹ ਬੇਇੱਜ਼ਤੀ ਐ ਚਾ ਖੇਖਣ ਜੇ ਨਾ ਕਰ ਮੇਰੇ ਕੋਲੇ ਕਹਿੰਦੀ ਖੇਖਣ ਨਾ ਕਰ ਆ ਹੁਣ ਤੂੰ ਲੱਤਾਂ ਘੁੱਟਣਾ ਕਦੇ ਇਹਦਾ ਸਿਰ ਘੁੱਟਦਾ ਗਲੇ ਘੁੱਟ ਦੇ ਸਿਆਪਾ ਨਿਬੜ ਜੂ ਵਧੀਆ ਇਹਦਾ ਤਾਂ ਮਰੀ ਭਾਰਦੀ ਆ ਉਹਰੇ ਕਿਸੇ ਨੂੰ ਵੀ ਮੈਂ ਕੱਲੀ ਰਹਾ ਉਹਰੇ ਵੀ ਇਹ ਮਰ ਜਾਣਾ ਤੂੰ ਚਾਹ ਦੀ ਕੁੱਟ ਨਹੀਂ ਬਣਾ ਸਕਦੀ ਫਿਰ ਉਹ ਤਾਂ ਵਿਚਾਰੀ ਦਾ ਸਿਰ ਦੁਖਦਾ ਹੈਗਾ ਕਿਉਂ ਮੈਂ ਠੇਕਾ ਲਿਆ ਹੋਇਆ ਤੁਹਾਡੀ ਚਾਹ ਬਣਾਉਣ ਦਾ ਲੈ ਕਹਿੰਦੀ ਠੇਕਾ ਲਿਆ ਹੋਰ ਕੌਣ ਬਣਾਊਗਾ ਸਵੇਰ ਦੀ ਪਈ ਆ ਨਾ ਧੋ ਕੇ ਸੁਰਖੀ ਬਿੰਦੀ ਲਾਈ ਅਖੇ ਮੇਰਾ ਸਿਰ ਦੁਖਦਾ ਤਾਂ ਤੜੇ ਮਕਰਦੀ ਆ ਸਾਰਾ ਸੁੱਕੀ ਸਾਡੀ ਮੈਂ ਖਸਮ ਜਾਂਦਾ ਸੁਰਖੀ ਬਿੰਦੀ ਲਾਉਂਗੀ ਨਹੀਂ ਜੇ ਤੂੰ ਨਹੀਂ ਲਾਉਂਦੀ ਮੈਂ ਵੀ ਨਾ ਲਾਵਾਂ ਹੈ ਜੇ ਤੇਰਾ ਸਿਰ ਦੁਖਦਾ ਹੋਵੇ ਤੈਨੂੰ ਆਰ ਸ਼ਿੰਗਾਰ ਸੂਝਣ ਅੱਛਾ ਇੱਥੇ ਐ ਬਣ ਕੇ ਮੈਂ ਨਹੀਂ ਬੋਲਿਆ ਵਾਂਗੂ ਤੂੰ ਤਾਂ ਇਹੀ ਭਾਲਦੇ ਵੀ ਬੋਲੀ ਬਣੀ ਰਵਾਂ ਮੈਂ ਬੁੱਗੇ ਤੂੰ ਨਾ ਬੋਲ ਤੇਰਾ ਸਿਰ ਦੁਖਦਾ ਹੈਗਾ ਇਹ ਬਣਾ ਦੇ ਚਾਹ ਤੂੰ ਬਣਾ ਨਹੀਂ ਸਕਦੀ ਦੁਖਦਾ ਵਿਚਾਰੀ ਦਾ ਹੁਣ ਤਾਂ ਜਾਣੇ ਆਪਣੀ ਤੀਵੀਂ ਦਿਖਦੀ ਆ ਤੈਨੂੰ ਮਾਂ ਨਹੀਂ ਦਿਖਦੀ ਹੈਗੀ ਲੈ ਕਹਿੰਦੀ ਤੀਵੀਂ ਦਿਖਦੀ ਆ ਵਿਚਾਰੀ ਦਾ ਸਿਰ ਦੁਖਦਾ ਹੈਗਾ ਤੂੰ ਨਹੀਂ ਬਣਾ ਸਕਦੀ ਜੀ ਕਰਦਾ ਤੇਰਾ ਗਲ ਘੁੱਟਦਾ ਮੈਂ ਨਾ ਘੁੱਟ ਕੇ ਦਿਖਾ ਤੂੰ ਮੇਰਾ ਗਲ ਲੈ ਘੁੱਟ ਕੇ ਦਿਖਾ ਕਰਦਾ ਤਾਂ ਬਥੇਰਾਗਾ ਪਰ ਮਾਂ ਆ ਤੂੰ ਮੇਰੀ ਮੈਂ ਤਾਂ ਸਾਡੇ ਚ ਕੰਜਰਾ ਚ ਰਹਿਣਾ ਹੀ ਨਹੀਂ ਨਾ ਰਹਿ ਫਸਾ ਕੇ ਬਹਿ ਜੰਨੇ ਤੈਨੂੰ ਕਿਹੜਾ ਸੱਦਾ ਪਾਉਣੀ ਵੀ ਇੱਥੇ ਰਹਿ ਨਿਕਲ ਜਾ ਜਿੱਥੇ ਜਾਣਾ ਮੈਂ ਚੱਲੀ ਫਿਰ ਵਾਹਿਆ ਜਾਮੂ ਤੇਰੇ ਮਾਮੇ ਕੋ ਨਾਲੇ ਤੇਰੀ ਕਦੂਤਾਂ ਦੱਸੂ ਦੱਸਦੀ ਮੈਂ ਕਿਹੜਾ ਡਰਦਾਗਾ ਦੱਸਦੀ ਚਾਹ ਤਾਂ ਤੈਨੂੰ ਨਹੀਂ ਬਣਾਈ ਹੈਗੀ ਬੱਗੇ ਬਣਾ ਦੇ ਚਾਹ ਕੋਈ ਨਾ ਦੇ ਹੁਣ ਚਾਹ ਕੀ ਮੈਂ ਤਾਂ ਦੁੱਧ 'ਚ ਪੱਤੀ ਪਾ ਕੇ ਲਿਆਉਂ ਅੱਜ ਤਾਂ ਸੱਚੀ ਤੂੰ ਨਾ ਮੇਰੇ ਹੱਕ 'ਚ ਖੜ ਗਿਆ ਮੈਨੂੰ ਤਾਂ ਵਿਸ਼ਵਾਸ ਜਿਹਾ ਨਹੀਂ ਹੁੰਦਾ ਹੈਗਾ ਵੀ ਦਾਰੂ ਕੱਢਣ ਵਾਲਾ ਬੰਦਾ ਕਦੇ ਤੀਵੀਂ ਦੇ ਮਗਰ ਲੱਗ ਕੇ ਆਪਦੀ ਮਾਂ ਨੂੰ ਕੱਢ ਦੂ ਬੜਾ ਵਧੀਆ ਕੰਮ ਚੰਗਾ ਤੂੰ ਚਾਹ ਤਾਂ ਬਣਾ ਲਿਆ ਉਹ ਡਿੱਕਣ ਲੱਗ ਰਿਹਾ ਉਹਨੇ ਤਵੀਆਂ ਸੈੱਟ ਕਰਾਉਣੀਆਂ ਨੇ ਲਿਆਉਣੀਆਂ ਜਾ ਲਿਆ ਛੇਤੀ ਲਿਆਉਣੀਆਂ ਪਹਿਲਾਂ ਕਿੰਨਾ ਕਹਿੰਦਾ ਉਦੋਂ ਬਣਾਈ ਨਹੀਂ ਹੈਗੀ ਚਾਹ ਹੁਣ ਮਿੰਟ 'ਚ ਬਗੀ